ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਜਿਤਨੇ ਵੀ ਸਾਡੇ ਭੈਣਾਂ ਭਰਾ ਤੱਕਣੇ ਲੈ ਜੀ, ਸੰਗੀ ਦੋਸਤ ਤੱਕਣੇ ਲੈ ਜੀ, ਬਜ਼ੁਰਗ ਤੱਕਣੇ ਲੈ ਜੀ, ਬੱਚੇ ਤੱਕਣੇ ਲੈ ਜੀ, ਔਰ ਜਿਸ ਕੰਟਰੀ 'ਚੋਂ ਤੱਕਣੇ ਲੈ ਜੀ, ਦੇਸੀ ਚੈਨਲ ਬ੍ਰੈਡ ਫੋਰ ਐਲਨ ਤਰਫੋਂ ਸੰਗੀ ਬਹੁਤ ਬਹੁਤ ਸਲਾਮ ਵਾਲੇਕਮ ਜੀ। ਇੱਕ ਪਿਆਰ ਨਾ, ਇੱਕ ਮੁਹੱਬਤ ਨਾ, ਔਰ ਇੱਕ ਸਪੋਰਟ ਨਾ, ਮਕਬੂਜ਼ਾ ਕਸ਼ਮੀਰ ਸੁਕੇ ਨੀ, ਜੰਮੂ ਕਸ਼ਮੀਰ ਸੁਕੇ ਨੀ, ਪਾਕਿਸਤਾਨ ਸੁਕੇ ਨੀ, ਪਠਾਨ ਸਾਡੇ ਭੈਣਾਂ ਭਰਾ, UK, ਆਲ ਵਰਲਡ, ਜਿਸ ਕੰਟਰੀ ਸਾਡੇ ਭੈਣਾਂ ਭਰਾ ਸਾਡੀ ਸਪੋਰਟ ਕਰਨੇ ਔਰ ਸਾਡੇ ਨਾਲ ਪਿਆਰ ਕਰਨੇ, ਮੁਹੱਬਤ ਕਰਨੇ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅੱਜ ਮਾਸ਼ਾਅੱਲਾ ਜੀ ਬ੍ਰੈਡ ਫੋਰ ਨਾ ਮੌਸਮ ਬੜਾ ਹੀ ਪਿਆਰਾ ਆ, ਬੜਾ ਸੋਹਣਾ ਆ, ਅਤੇ ਅਸਾਂ ਚਲੋ ਭੈਣਾਂ ਭਰਾ ਨਾਲ ਅੱਜ ਪਾਰਕ ਹੈ ਜੁਲੀਆਂ ਸਲਾਮ ਦੁਆ ਕਰਨੇ ਹਾਂ, ਅਤੇ ਜ਼ਰਾ ਕਿ ਪਾਰਕ ਹੈ 'ਚ ਰਾਊਂਡ ਸ਼ਾਊਂਡ ਮਾਰਿਆ, ਜ਼ਰਾ ਲੱਤਾਂ ਸਿੱਧੀਆਂ ਕੀਤੀਆਂ, ਤਾਂ ਹੁਣ ਅਸਾਂ ਆਖਿਆ ਭੈਣਾਂ ਭਰਾ ਨਾਲ ਸਲਾਮ ਦੁਆ ਕਰੀ, ਫਿਰ ਜਾਸਾਂ ਛਾਪਿਆ, ਪਰ ਫਿਰ ਇਨਸ਼ਾਅੱਲਾ ਜਾਸਾਂ ਘਰ, ਤਾਂ ਸਾਰਿਆਂ ਭੈਣਾਂ ਭਰਾ ਵਾਸਤੇ ਅੱਜ ਕਰਸਾਂ ਜੀ ਬਾਬੀ ਕਿਉ ਇਨਸ਼ਾਅੱਲਾ ਜੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਜਿਤਨੀ ਮਾਰੀ ਪਿਆਰੀਆਂ ਭੈਣਾਂ, ਪਿਆਰੇ ਭਰਾ, ਪਿਆਰੇ ਬਜ਼ੁਰਗ, ਪਿਆਰੇ ਬੱਚੇ, ਸਾਰੇ ਕੀ ਮਾਰੀ ਤਰਫੋਂ, ਮਾਰੀ ਪੂਰੀ ਫੈਮਿਲੀ ਤਰਫੋਂ, ਸਭ ਦੇਸੀ ਚੈਨਲ ਤਰਫੋਂ ਤਰਫੋਂ ਬਹੁਤ ਬਹੁਤ ਅਸਲਾਮ ਵਾਲੇਕੁਮ, ਔਰ ਬਹੁਤ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਨਾ, ਇਤਨਾ ਪਿਆਰ ਨਾ, ਇਤਨਾ ਸਪੋਰਟ ਨਾ, ਔਰ ਸਾਡੇ ਦੇਸੀ ਚੈਨਲ ਤਰਫੋਂ ਕੀ ਸਬਸਕ੍ਰਾਈਬ ਕਰਨੇ ਨਾ, ਬਿਲਕੁਲ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅੱਲਾ ਪਾਕ ਸਾਰੇ ਖੁਸ਼ ਰੱਖਿਆ, ਅੱਲਾ ਪਾਕ ਸਾਰੇ ਕੀ ਆਬਾਦ ਰੱਖਿਆ, ਜਿਤਨੇ ਬੱਚੀਆਂ ਬੱਚੇ ਅੱਲਾ ਪਾਕ ਸੇ ਕਮਯਾਬੀਆਂ ਦੇ, ਅੱਲਾ ਪਾਕ ਸਾ ਕੇ ਆਪਣੇ ਹਿਫਜ਼ ਔਰ ਇਮਾਨ ਰੱਖਿਆ, ਆਮੀਨ। ਬਿਲਕੁਲ ਜੀ ਬਿਲਕੁਲ, ਦੇਸੀ ਚੈਨਲ ਬ੍ਰੈਡ ਫੋਰ ਤੁਸਾਂ ਆਇਆ, ਦੇਸੀ ਚੈਨਲ ਬ੍ਰੈਡ ਫੋਰ ਲਿਆ ਕੀ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਵੀ ਜ਼ਰੂਰ ਕਰੋ, ਤੁਸਾਂ ਦੀ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਹਮੇਸ਼ਾ ਜਿਸ ਤਰ੍ਹਾਂ ਤੁਸਾਂ ਅਸਾਂ ਨਾਲ ਸਾਡੀ ਸਪੋਰਟ ਕਰਨੀ, ਉਹ ਹਮੇਸ਼ਾ ਮਾਸ਼ਾਅੱਲਾ ਅਸਾਂ ਖੁਸ਼ ਹਾਂ, ਅਤੇ ਇਸੇ ਤਰ੍ਹਾਂ ਮਜ਼ੀਦ ਕਰਨੇ ਸਾਡੀ ਸਪੋਰਟ ਕਿ ਹੁਣ ਅੱਗੇ ਬੜੀ ਈਦ ਆਏਗੀ, ਅਤੇ ਜਿਤਨੇ ਗਰੀਬ ਬੰਦੇ ਪਾਕਿਸਤਾਨ ਨੇ ਜਾਂ ਫਿਰ ਹੋਰਨਾਂ ਕੰਟਰੀਆਂ ਨੇ, ਜਿਸ ਕੰਟਰੀ ਨੇ ਅਸਾਂ ਉਹਨਾਂ ਕੀ ਸਪੋਰਟ ਕਰ ਸਾਂ, ਤਾਂ ਮਜ਼ੀਦ ਸਾਂ ਹੋਰ ਸਾਡੀ ਸਪੋਰਟ ਕਰੋ ਪਲੀਜ਼, ਤੁਸਾਂ ਬਹੁਤ ਬਹੁਤ ਮਿਹਰਬਾਨੀ ਹੈ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ ਬਿਲਕੁਲ, ਤਾਂ ਹੁਣ ਜੁਲਨੇ ਹਾਂ ਜੀ ਆਸਤਾ ਆਸਤਾ ਅਸਾਂ ਛਾਪਿਆ ਪਰ, ਤਾਂ ਕੋਈ ਕਿੰਨੀਆਂ ਸਮਾਨ ਵਗੈਰਾ ਫਿਰ ਭੈਣਾਂ ਭਰਾ ਕੇ ਮਿਲਣੇ ਹਾਂ ਘਰ, ਤਾਂ ਕੋ ਜੀ ਹੈ ਪਾਣੀ ਛਾਣੀ ਜਿਹੜਾ ਇਹਨੂੰ ਬੱਤਕਾਂ ਵਗੈਰਾ ਉਹ ਦਖ ਚਰਨੀਆਂ ਪਈਆਂ, ਪਾਣੀ ਛਾਣੀ ਫਿਰਨੀਆਂ ਪਈਆਂ, ਨਹਾਣੀਆਂ ਛਾਣੀਆਂ ਪਈਆਂ, ਤਾਂ ਮੌਸਮ ਅੱਜ ਬੜਾ ਖੂਬਸੂਰਤ ਆ, ਤੱਕੋ ਮਾਸ਼ਾਅੱਲਾ ਬੂਟੇ ਛੁੱਟੇ ਵੀ ਜਿਹੜਾ ਨਾ ਨਿਕਲੇ ਹੋਏ, ਅਤੇ ਬੂਟੇ ਤੱਕੋ ਜਿਹੜੇ ਮਾਸ਼ਾਅੱਲਾ ਗ੍ਰੀਨ ਹੋਏ ਵੇ, ਤਾਂ ਬੜੀ ਰੌਣਕ ਹੀ ਇਹਨਾਂ ਨਾਲ, ਅਤੇ ਇਹ ਜਿਹੜੇ ਤੱਕਣੇ ਸੋ ਛੋਟੇ ਛੋਟੇ ਫਲਾਵਰ ਵਾਈਟ ਕਲਰ ਨੇ, ਇਹਨਾਂ ਨਾਲ ਅਸਾਂ ਪਾਕਿਸਤਾਨ ਕਿਆ ਕਰਨੇ ਹੋਣੇ ਸੀ, ਖੇਡਣੇ ਹੋਣੇ ਸੀ, ਕਿਆ ਬਣਾਉਣੀ ਹੋਣੀ ਸੀਗੀ ਇਹਨਾਂ ਨੇ, ਛਾਪਾਂ ਜਿਹੜੇ ਵਾਈਟ ਕਲਰ ਵਾਲੇ, ਇਹਨਾਂ ਨੇ ਪਾਕਿਸਤਾਨ ਆਸਾਂ ਵੀ ਜਾਣਾ ਛਾਪਾਂ ਛਾਪਾਂ ਬਣਾਉਣੇ ਰਹੇ, ਬਿਲਕੁਲ ਬਿਲਕੁਲ, ਤਾਂ ਚਲੋ ਜੀ ਹੁਣ ਜੁਲੀਆ ਲੇਟ ਹੋਣੇ ਸੋ ਪਹਿਲੇ ਚਲੋ। ਅੱਛਾ ਜੀ ਹੁਣ ਕੋ ਜਿਸੋ ਉਮਰ ਨੇ ਸਪਾਟਾ ਕਿੰਨੇ, ਹਾਂ ਪਹਿਲੋ 20 ਇੰਚ ਲੋ ਤੱਕ ਬੰਦ ਨਹੀਂ ਲਈ ਕਿਸਮ ਦੇ ਆ, 4 ਲੱਖ ਬੰਦ ਹੋਣੇ, 4 ਲੱਖ ਕਾਫੀ ਪਲਾਜ਼ਾ ਬਿਜ਼ੀ ਆ, ਬਿਜ਼ੀ ਆ ਪਲਾਜ਼ਾ, ਉਸ ਨੂੰ ਮਾਰੋ ਕਿਉਂ ਲਏ ਨਹੀਂ ਜੀ ਪਲਾਜ਼ੇ ਦਾ ਲਈ ਤੱਕੋ ਇਸ ਸਾਈਡ ਪਰ ਹੀ ਮੌਸਮ ਜਾ ਜਨ ਜੋਏ ਨਾ ਮੌਸਮ, ਹਾਂ ਸਾਰੇ ਬੰਦੇ ਆਏ ਵੇ ਅਸਾਂ ਪੈਣਾ ਭਰਾ,
ਚਲ ਹਲਾਲ ਕੋਨ ਬਿਜ਼ੀ ਬਿਜ਼ੀ ਹੈ ਤਾਂ ਕਿ ਨਾ ਗੱਡੀਆਂ ਖੜਨ ਜਗ੍ਹਾ ਹੀ ਪਈ ਇਤਨੀ ਨਹੀਂ ਜਿਸ ਤਰ੍ਹਾਂ ਹੋਣੀ ਚਾਹੀਦੀ ਨਾ ਠੀਕ ਅਸ ਤੇ ਬੰਦੇ ਕੋ ਨਹੀਂ ਆਏ ਹੁਣ ਜੀ ਅਸਾਂ ਆਈ ਗੀਆਂ ਹਾਲ ਹਲਾ ਦੀ ਜੋ ਅਸਾਂ ਜੀ ਤੱਕ ਰੈਡੀ ਮੇਟ ਜਿਹੜਿਆਂ ਨੂੰ ਲੱਗਾਂ ਕਹਿੰਦੀਆਂ ਤੂੰ 549 ਜਿਹੜਿਆਂ ਨੂੰ ਇੱਥੋਂ ਅਸਾਂ ਰੈਡੀ ਮੇਟ ਲੱਭੀ ਗਈਆਂ ਸਾਰਾ ਕੁਝ ਹਾਲ ਹਲਾਲ ਅੱਜ ਕਾਫੀ ਬਿਜ਼ੀ ਹੈ ਜੀ ਤੱਕੋ ਜਿਹੜਿਆਂ ਨੂੰ ਕਾਫੀ ਬਿਜ਼ੀ ਆ ਜਾਲ ਹਲਾਲ ਖੰਘ ਲਈ ਵੀ ਵਹੇ ਅੱਛਾ ਕਾਫੀ ਖੁੱਲ੍ਹਾ ਨੇ ਨਵਾਂ ਤਾਂ ਕਿ ਡੈਲੀ ਪਲਾਜ਼ਾ ਕਾਫੀ ਖੁੱਲ੍ਹਾ ਜੀ ਇੱਧਰ ਲੇਕਿਨ ਬੜਾ ਹੀ ਬਿਜ਼ੀ ਹੈ ਪਲਾਜ਼ਾ ਜੀ ਅੱਗੇ ਇੱਕ ਚੱਕਰ ਅਸਾਂ ਮਾਰੀ ਗਏ ਹਾਂ ਲੇਕਿਨ ਅਸਾਂ ਹੁਣ ਜੁੱਸਾ ਜਿਹੜਾ ਨੂੰ ਲੇਕਿਨ ਬਹੁਤ ਬਿਜ਼ੀ ਹੈ ਤਾਂ ਕੋ ਹਾਲੇ ਵੀ ਸਟਿਲ ਜਿਹੜਾ ਨੇ ਬਿਜ਼ੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਾਂ ਉਹ ਕਿਤਨੇ ਬਿਜ਼ੀ ਹੈ ਬਿਜ਼ੀ ਹੈ ਜੀ ਇੱਧਰ ਸਾਈਡ ਪਰ ਤਾਂ ਕੋ ਜਿਹੜਾ ਹੈ ਬੜਾ ਹੀ ਬਿਜ਼ੀ ਚਾਹੀਦਾ ਪਲਾਜ਼ਾ ਇਹ ਤਾਂ ਕੋਲੋਂ ਸ਼ਾਪਾਂ ਵੀ ਬਿਜ਼ੀ ਆ ਇੱਥੇ ਗੱਡੀ ਖਲਾਉਣੇ ਜਗ੍ਹਾ ਹੀ ਕੋਈ ਨਹੀਂ ਮੈਂ ਉਹਨਾਂ ਦਾ ਕੋਈ ਗੰਨੇ ਸ਼ੰਨੇ ਨਾਲ ਜੂਸ ਪੀਆਂ ਆ ਰਹੇ ਆ ਤਾਂ ਕੋਈ ਗੰਨੇ ਆ ਕੈਮਰੇ ਸੇ ਨਾ ਮਾਰ ਸਕਨੇ ਜੇ ਪੈਣਾ ਉਧਰ ਤੱਕ ਕੋਈ ਨਹੀਂ ਇਧਰ ਸਾਰਾ ਪਾਰਕਿੰਗ ਦੀ ਜਗ੍ਹਾ ਹੀ ਕੋਈ ਨਹੀਂ ਜਾ ਯਾਰ ਬਿਲਕੁਲ ਹੀ ਕੋਈ ਨਹੀਂ ਬਿਜ਼ੀ ਪਲਾਜ਼ਾ ਇਧਰ ਮਾਰ ਇਸ ਸਾਈਡ ਪਰ ਅੱਛਾ ਉਹ ਪੁਰਾਣੇ ਪਾਈਏ ਨਵੇਂ ਕੋਈ ਜੇ ਤੱਕ ਸਾਨੂੰ ਪਤਾ ਲੱਗ ਮੈਂ ਜੇ ਦੀ ਨਿਸ਼ਾਨ ਜੀ ਚਰਾ ਗੰਨੇ ਨੇ ਜੂਸ ਆ ਬਣਾਉਣੇ ਤੇ ਮਾਸ਼ਾਅੱਲਾ ਜ਼ਬਰਦਸਤ ਜਿਆ ਫਿਰ ਅੱਛਾ ਮੈਂ ਆ ਤੱਕੋ ਜੀ ਮਾਸ਼ਾਅੱਲਾ ਗੰਨੇ ਨਾਲ ਜੂਸ ਪੀ ਆਉਣੀ ਤੇ ਇੱਥੇ ਤਾਂ ਸੋ ਕਿੰਨਾ ਨੇ ਜੀ ਹੁਣ ਫਰੈਸ਼ ਗੰਨੇ ਨਾਲ ਜੂਸ ਕਾਫੀ ਬਿਜ਼ੀ ਆ ਜੀ ਅੱਜ ਪਲਾਜ਼ਾ ਜਿਹੜਾ ਆ ਸਾਰੀ ਸਾਈਡ ਤੇ ਜੂਸ ਚਾਹੀਦਾ ਜੀ ਹਾਂ ਤੱਕੋ ਥੈਂਕ ਯੂ ਜਨਾਬ ਸ਼ੁਕਰੀਆ ਮਾਸ਼ਾਅੱਲਾ ਜੀ ਗੰਨੇ ਨਾਲ ਜੂਸ ਟਰਾਈ ਕਰਨੇ ਆ ਗਰਮੀ ਬੜੀ ਹੈ ਤਾਂ ਗੰਨੇ ਨਾਲ ਜੂਸ ਬੜਾ ਹੀ ਜ਼ਬਰਦਸਤ ਮਾਸ਼ਾਅੱਲਾ ਓਏ ਹੋਏ ਹੋਏ ਮਜ਼ਾ ਆ ਗਿਆ ਮਾਸ਼ਾਅੱਲਾ ਪਾਕਿਸਤਾਨ ਯਾਦ ਜਨੋ ਤਾਜ਼ੀ ਬੜਾ ਬਿਜ਼ੀ ਹੈ ਜੀ ਪਲਾਜ਼ਾ ਇੱਥੋਂ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਘਰ ਵਾਪਸ ਆਈ ਗਈ ਜੀ ਤਾਂ ਹੁਣ ਮੈਂ ਕੱਪੜੇ ਚੇਂਜ ਕਰੀ ਕਿੰਨਾ ਕੀ ਜੀ ਬਾਅਦ ਵੀ ਪਤਾ ਅੱਗ ਸ਼ੱਗ ਬੰਦਾ ਬਾਲਿਆ ਨਾ ਤੇ ਚਿੱਟੇ ਕੱਪੜੇ ਫਿਰ ਖਰਾਬ ਹੋ ਜਾਣ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਹੁਣ ਜੀ ਅਸਾਂ ਕਰਨੇ ਹਾਂ ਆਫ ਸਾਈਡ ਬਾਬੀ ਕਿਊ ਉਸਨੇ ਵਾਸਤੇ ਅਸਾਂ ਚਾਹੀਦੀ ਸ਼ਿਮਲਾ ਮਿਰਚ ਗਰੀਨ ਰੈਡ ਐਂਡ ਯੈਲੋ ਅਤੇ ਨਾਲ ਆਲੂ ਵੀ ਛੋਟੇ ਇਹਨਾਂ ਸਭ ਤੋਂ ਪਹਿਲੇ ਅਸਾਂ ਵਾਸ਼ ਕਰ ਸਾਂ ਵਾਸ਼ ਕਰੀ ਅਤੇ ਫਿਰ ਇਹਨਾਂ ਕੀ ਕੱਟ ਸਾਂ ਅਸਾਂ ਜੀ ਬਿਸਮਿਲ੍ਲਾ ਇਹ ਆ ਜੀ 1 ਕਿਲੋ ਕੀਮਾ ਇਹ ਮਿਕਸ ਕੀਮਾ ਹੈ ਵਾ ਕਬਾਬਾਂ ਵਾਸਤੇ ਸਪੈਸ਼ਲ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਹੁਣ ਜੀ ਕਸਾਂ ਸਾ ਬਾਬੀ ਕਿਊ ਤਾਂ ਉਸਨੇ ਵਾਸਤੇ ਅਸਾਂ ਦੀਆਂ ਰੈਡੀਮੇਡ ਲੱਗਾਂ ਹਲ ਹਲਾਲ ਹੀ ਚੋਂ ਕਿ ਹਲ ਹਲਾਲ ਹੀ ਮਸਾਲਾ ਹਰ ਚੀਜ਼ ਲਈ ਵੀ ਤੁਸੀਂ ਲੱਭੀ ਚਾਹੀ ਅਤੇ ਘਰ ਬਣਾ ਸਕੋ ਤਾਂ ਵੀ ਤੁਸੀਂ ਮਸਾਲੇ ਲਾਈ ਸਕਣ ਇਹ ਮਸਾਲਾ ਆ ਤੱਕੋ
ਸਪੈਸ਼ਲ ਤੰਦੂਰੀ ਚਿਕਨ, ਤੰਦੂਰੀ ਚਿਕਨ ਟਿੱਕਾ ਮਸਾਲਾ, ਲੇਕਿਨ ਅਸਾਂ ਰੈਡੀਮੇਡ ਚ ਨਹੀਂ ਆਏ ਹਾਂ, ਜਿਸ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਲਈਆਂ ਵੀ ਮਸਾਲੇ। ਇਹ ਹੈ ਜੀ 1 ਕਿਲੋ ਚਿਕਨ ਕੀਮਾ ਮਿਕਸ, ਇਸ ਨੇ ਵਿੱਚ ਗ੍ਰੀਨ ਚਿੱਲੀ ਮਸਲ ਅਦਰਕ ਲਸਣ ਸਾਰਾ ਕੁਝ ਮਿਕਸ ਹੋਇਆ, ਬਸ ਖਾਲੀ ਇਸ ਨੇ ਸਾਲਟ ਮਿਕਸ ਕਰਨਾ। ਔਰ ਇਹ ਹੈ ਜੀ ਫੁੱਲ ਚਿਕਨ ਜਿਹੜਾ ਕੀਮੇ ਵਿੱਚ ਆਉਣਾ ਸਾ, ਬਸ ਹਾਂ ਜੀ ਸਾਲਟ ਆਲਰੇਡੀ ਚਿੱਲੀ ਵਗੈਰਾ ਇਸ ਨੇ ਮਿਕਸ ਹੋਈ ਵੀ, ਗ੍ਰੀਨ ਚਿੱਲੀ ਅਦਰਕ ਲਸਣ ਔਰ ਕਾਫੀ ਚੀਜ਼ਾਂ ਇਸ ਨੇ ਮਿਕਸ ਹੋਈਆਂ। ਥੋੜ੍ਹਾ ਜਿਹਾ ਵੇਸਨ ਬਸ ਹਾਂ ਜੀ। ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਮਾਸ਼ਾਅੱਲਾ ਜੀ ਅੱਗ ਬਲੀ ਪਈ। ਅੱਜ ਅਸਾਂ ਕਰਨਾ ਜੀ ਬਾਰਬੀਕਿਊ, ਤਾਂ ਬਾਰਬੀਕਿਊ ਵਾਸਤੇ ਇਹ ਗਰਿੱਲ ਅਸਾਂ ਕੀ ਨਹੀਂ ਚਾਹੀਦੀ। ਅੱਜ ਅਸਾਂ ਕੀ ਨਵਾਂ ਤਰੀਕਾ ਦੱਸਾਂ ਜਿਹੜਾ ਪਹਿਲੇ ਮੈਂ ਤੁਸੀਂ ਕੀ ਦੱਸੀ ਚੁੱਕਿਆ, ਇਸ ਨਾਲ ਕੋਈ ਫਾਇਦਾ ਨਹੀਂ ਕਿ ਇਸ ਨਾਲ ਅੱਗੀ ਨਹੀਂ ਸਮੈਲ ਵੀ ਲਈ ਜਾਣੀ ਚਿਕਨ ਨਾਲ, ਤਾਂ ਮਜ਼ਾ ਵੀ ਨਹੀਂ ਅੱਛਾ, ਠੀਕ ਹੈ ਨਾ। ਤਾਂ ਅਸਾਂ ਅੱਜ ਤੁਹਾਨੂੰ ਦੱਸਦੇ ਹਾਂ ਜੀ ਅਸਾਂ ਗ੍ਰਿਲ ਕਰਸਾਂ ਜੀ ਤਵੇ ਪਰ। ਹਾਂ ਤਾਂ ਮੈਂ ਅੰਦਰ ਤਵਾ ਲੋਨੀ ਪੀ, ਤਵਾ ਗੁਜ਼ਰ ਗਿਆ। ਬਿਲਕੁਲ ਜੀ ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਇਹ ਹੈ ਜੀ ਸਾਡੀ ਗ੍ਰਿਲ, ਠੀਕ ਹੈ। ਇਸ ਕੀ ਆਣੇ ਜੀ ਦੇਸੀ ਗ੍ਰਿਲ। ਅੱਛਾ, ਇਸ ਨੇ ਵਿੱਚ ਅੱਜ ਚਿਕਨ ਕੁੱਕ ਕਰਸਾਂ ਸਾਂ ਜੀ, ਇਹ ਤੱਕੋ ਜੀ ਨਾਲ ਦੇਸੀ ਤਵਾ, ਦੇਸੀ ਤਵਾ, ਵਾਹ ਜੀ ਵਾਹ, ਇਹ ਕੀ ਪੈਣੋ ਤੋਂ ਪਰੋ ਗਰਮੀ ਵੇ ਸਰਦੀ ਵੇ ਤੂੰ ਫਿਰ ਜ਼ਰੂਰ ਪੈਣਾ। ਬਿਲਕੁਲ ਸੌਖਾ ਤਰੀਕਾ ਭੈਣੋ, ਤੁਸਾਂ ਦੀ ਖਿਦਮਤ ਵਿੱਚ ਕੀ ਨੇ ਤਾਂ ਹਾਜ਼ਰ ਹੋਇਆ, ਜਿਹੜਾ ਤੁਸਾਂ ਆਖੀ ਨੋਟੀ ਤੇ ਚਿਕਨ ਬਣਾਈ ਸਕਦੇ ਹੋ। ਪੂਰਾ ਫੁੱਲ ਚਿਕਨ, ਵਾਹ, ਚਿਕਨ ਇਸਨੇ ਅੰਦਰ ਆਈ ਗਿਆ ਜੀ ਤੱਕੋ, ਠੀਕ ਹੈ। ਹੁਣ ਅਸਾਂ ਇਸ ਕੀ ਕਰਨਾ ਲੱਕ, ਇਸਨੇ ਥੱਲੇ ਚਿਕਨ ਕੀ ਸਮੈਲ ਲੰਘਣੀ ਰਹਿਣੀ, ਲੱਕੜੀਆਂ ਇਸਨੇ ਵਿੱਚ ਓਲ ਹੈ ਜੀ ਇਸ ਤਰ੍ਹਾਂ, ਠੀਕ ਹੈ ਨਾ। ਤੇ ਇਸਨੇ ਵਿੱਚ ਸਮੈਲ ਨਹੀਂ ਲਈ ਸਕਣੀ ਕਿਉਂ ਜੀ, ਥੱਲੇ ਪੂਰਾ ਤਵਾ ਆ। ਹਾਂ ਸਹੀ ਗੱਲ ਨਹੀਂ, ਸਹੀ ਗੱਲ ਹੈ ਨਾ, ਸਹੀ ਗੱਲ ਨਹੀਂ, ਠੀਕ ਹੈ ਜੀ। ਇਸ ਤਰ੍ਹਾਂ ਸਭ ਭੈਣਾਂ ਭਰਾ ਗ੍ਰਿਲ ਕਰੀ ਸਕਦੇ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਹੁਣ ਜੀ ਮੈਂ ਕੱਟਣਾ ਆਲੂ ਔਰ ਸ਼ਿਮਲਾ ਮਿਰਚਾਂ, ਤੇ ਨਾਲ ਕੱਟਸਾਂ ਪਿਆਜ਼। ਤੇ ਚਿਕਨ ਨੂੰ ਬੰਨਣਾ ਪਿਆ ਤਾਂ ਕੋ ਗ੍ਰਿਲ ਪਰ, ਤੁਸੀਂ 1 ਮਿੰਟ ਜ਼ਰਾ ਜਿਹਾ ਕੈਮਰਾ ਇਧਰ ਆਉਂਸੋ ਜੀ, ਥੋੜੇ ਜਿਹਾ ਗੇਰਾ ਹੋਈ ਇਸ ਹੋਈ ਉੱਥੇ ਹੀ ਬਿਸੋ, ਨਹੀਂ ਗੇਰਾ ਨਹੀਂ ਹੋਣਾ ਨਾ, ਨੈਕਸਟ ਟੈਂਸ਼ਨ ਵੈਰ ਲਾਈ ਵੀ ਹਲਾ। ਹਾਂ ਦੱਸੋ
ਬੋਨ ਨਾਲ ਜੀ ਮੈਂ ਕੱਟਣਾ ਪਿਆ ਆਲੂ ਤੇ ਪਿਆਜ਼ ਵੀ ਤੇ ਨਾਲ ਭੈਣਾ ਭਰਾ ਵਾਸਤੇ ਜਿਹੜੀ ਜ਼ਰੂਰੀ ਗੱਲ ਕਰਨੀ ਸੀ ਉਹ ਵੀ ਅਸਾਂ ਕਰਨੀ ਆ ਕਰੋ ਨਾ ਵਾਜ਼ਿਸ਼ ਨਾ ਉਹ ਕੀ ਥੋੜੀ ਜਿਹੀ ਖੁਰਸੀ ਗਿਰਾ ਆਈ ਜਣੀ ਆਈ ਜਸੀ ਬੋ ਐਕਸਟੈਂਸ਼ਨ ਜੀ ਬਿਲਕੁਲ ਜੀ ਗੱਲ ਇਹ ਅਸਾਂ ਦੁਆ ਕਰਨੀ ਸੀ ਦੁਆ ਵੀਜ਼ੀਆਂ ਨੇ ਬਾਰੇ ਵਿੱਚ ਕੀਆਂ ਵੀਜ਼ੀਆਂ ਬਾਰੇ ਤੁਹਾਨੂੰ ਪਤਾ ਆ ਸਾਰੀਆਂ ਭੈਣਾਂ ਭਰਾਵਾਂ ਕੀ ਜੇ ਕਾਫੀ ਰੋਲੇ ਜਿਨ੍ਹਾਂ ਬੱਚੀਆਂ ਬੱਚਿਆਂ ਦਾ ਕੰਮ ਚੰਗਾ ਆ ਉਹ ਤਾਂ ਠੀਕ ਹੈ ਉਹ ਤਾਂ ਵੀਜ਼ਾ ਕਰਾਈ ਸਕਣੇ ਲੇਕਿਨ ਜਿਨ੍ਹਾਂ ਬੱਚੀਆਂ ਬੱਚਿਆਂ ਦਾ ਕੰਮ ਨਹੀਂ ਸਹੀ ਤੇ ਉਹ ਵੀਜ਼ੀਆਂ ਦੇ ਵਾਸਤੇ ਉਹਨਾਂ ਨੇ ਬੜਾ ਰੋਲਾ ਆ ਉਹ ਹੀ ਸਕਣਾ ਕਾਨੂੰਨ ਚੇਂਜ ਹੀ ਸਕਿਆ ਲੇਕਿਨ ਇਹ ਪਤਾ ਕੋਈ ਨਹੀਂ ਜੇ ਕਦੋਂ ਅਸੀਂ ਕੋਲ ਰਹਿ ਲੇਕਿਨ ਫਿਲਹਾਲ ਜਿਹਨਾਂ ਦਾ ਕਾਫੀ ਰੋਲਾ ਆ ਠੀਕ ਹੈ ਤਾਂ ਇਸ ਨਹੀਂ ਵਜ੍ਹਾ ਤੋਂ ਅਸਾਂ ਦੀ ਕਾਫੀ ਭੈਣਾਂ ਭਰਾ ਮਿਲਣੇ ਸੀ ਜਿਹਨੂੰ ਆਉਣੇ ਸੀ ਜੇ ਕੋਈ ਵੀਡੀਓ ਐਸੀ ਵੀ ਤੁਸੀਂ ਬਣਾਓ ਜੇ ਕਾਫੀ ਸਾਰੇ ਘਰਾਂ ਵਿੱਚ ਭੇੜ ਲੜਾਈਆਂ ਲਈਆਂ ਹੋਈਆਂ ਭੇੜ ਲੜਾਈਆਂ ਇਸ ਗੱਲੋਂ ਲਈਆਂ ਹੋਈਆਂ ਜੇ ਕੁਝ ਬੰਦਿਆਂ ਕੀ ਸਮਝ ਨਹੀਂ ਜੀ ਜੇ ਜਿਹੜਾ ਆ ਨਾ ਉਹ ਆਉਣੇ ਜੀ ਅਸਾਂ ਪਾਕਿਸਤਾਨ ਰਿਸ਼ਤਾ ਦੇਸਾਂ ਬੀਵੀ ਆਉਣੀ ਮੈਂ ਯੂਕੇ ਦੇਸਾਂ ਲੇਕਿਨ ਕੁਝ ਹਾਲ ਸਾਰੇ ਬੰਦੇ ਆਪਣੀ ਆਪਣੀ ਜਾਈ ਸਹੀ ਹੈ ਮੀਆਂ ਵੀ ਸਹੀ ਆ ਔਰ ਬੀਵੀ ਵੀ ਸਹੀ ਹੈ ਠੀਕ ਹੈ ਲੇਕਿਨ ਅਸਲੀ ਗੱਲ ਹੀ ਜੇ ਯੂਕੇ ਵਿੱਚ ਵੀ ਜਿਹੜਾ ਨਾ ਮਾਸ਼ਾਅੱਲਾ ਅੱਛੇ ਤੋਂ ਵੀ ਰਿਸ਼ਤੇ ਲੱਭੀ ਸਕਣੇ ਠੀਕ ਹੈ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਲੋਕਾਂ ਕੀ ਹੈ ਜੀ ਕੰਮੇ ਨਹੀਂ ਜੇ ਬੱਚਿਆਂ ਕੀ ਜਿਹੜਾ ਨਾ ਮਸਲ ਕੰਮ ਸ਼ੰਮ ਜਿਹੜਾ ਨਾ ਅੱਛੀ ਜਾਬ ਨਹੀਂ ਮਿਲਣੀ ਪਈ ਕੀ ਆ ਕੁਝ ਬੱਚੇ ਜਿਹੜੇ ਪੜ੍ਹੇ ਵੇ ਉਹਨਾਂ ਕੀ ਤਾਂ ਅੱਛੀ ਜਾਬ ਮਿਲੀ ਸਕਣੀ ਜਿਹੜੇ ਨਹੀਂ ਪੜ੍ਹੇ ਵੇ ਉਹਨਾਂ ਕੀ ਜਾਬ ਅੱਛੀ ਨਹੀਂ ਮਿਲਣੀ ਅੱਛਾ ਸਰ ਇੱਕ ਭੈਣ ਸੇ ਉਹ ਪੁੱਛਣੇ ਸੇ ਜੇ ਭੈਣਾਂ ਭਰਾ ਗੱਲਾਂ ਪਰ ਰੁਸੀ ਰਹਿੰਦੇ ਉਹ ਸਕੇ ਆਖਸੋ ਬਿਲਕੁਲ ਜੀ ਇਸ ਗੱਲਾਂ ਪਰ ਇਹ ਜੇ ਨਾਰਾਜ਼ਗੀ ਨਹੀਂ ਕਰਨੀ ਚਾਹੀਦੀ ਭੈਣਾਂ ਭਰਾਵਾਂ ਕੀ ਬਿਲਕੁਲ ਹੀ ਸਪੈਸ਼ਲੀ ਪਾਕਿਸਤਾਨ ਜਿਹੜੇ ਭੈਣਾਂ ਭਰਾ ਸਪੈਸ਼ਲ ਜਿਹੜੇ ਪਾਕਿਸਤਾਨ ਭੈਣਾਂ ਭਰਾ ਹੈ ਨਾਰਾਜ਼ ਨਾ ਹੋ ਕੇ ਜੀ ਇੱਥੇ ਦੇ ਹਾਲਾਤ ਦਿਨ ਪਰ ਦਿਨ ਖਰਾਬ ਹੋਣੇ ਜਾਣੇ ਪਏ ਠੀਕ ਹੈ ਨਾ ਅਤੇ ਭੈਣਾਂ ਭਰਾ ਆਪਸ ਵਿੱਚ ਇਸ ਤਰ੍ਹਾਂ ਰਾਜ਼ੀ ਰਹੋ ਔਰ ਦੂਸਰੀ ਗੱਲ ਮੀਆਂ ਬੀਵੀ ਆਪਾਂ ਜੀ ਬਿਲਕੁਲ ਤੁਸੀਂ ਨਾਰਾਜ਼ ਨਾ ਹੋ ਤੁਸੀਂ ਬਿਲਕੁਲ ਪ੍ਰੈਸ਼ਰ ਨਾ ਪਾਓ ਨਾ ਬੱਚਿਆਂ ਪਰ ਨਾ ਮੀਆਂ ਪਰ ਨਾ ਬੀਵੀ ਪਰ ਪ੍ਰੈਸ਼ਰ ਬਿਲਕੁਲ ਨਾ ਪਾਓ ਕੀਆਂ ਅੱਜ ਕੱਲ੍ਹ ਦੇ ਹਾਲਾਤ ਹੀ ਐਸੇ ਠੀਕ ਹੈ ਤਾਂ ਮੀਆਂ ਬੀਵੀ ਆਪਾਂ ਨਾਰਾਜ਼ ਤੁਸੀਂ ਬਿਲਕੁਲ ਨਾ ਹੋ ਯੂਕੇ 'ਚ ਵੀ ਮਾਸ਼ਾਅੱਲਾ ਅੱਛੇ ਬੰਦੇ ਰਹੇ ਨੇ ਅਗਰ ਤੁਹਾਨੂੰ ਕੋਈ ਰਿਸ਼ਤੇਦਾਰ ਆ ਤਾਂ ਵੀ ਰਿਸ਼ਤਾ ਲੈ ਸਕਣਾ ਅਗਰ ਬਲਾਦਰੀ ਸੁਬਾਰ ਆ ਤਾਂ ਵੀ ਰਿਸ਼ਤਾ ਲੈ ਸਕਣਾ ਤੁਸਾਂ ਨੂੰ ਚਾਹੇ ਤੁਸਾਂ ਨੂੰ ਮੁੰਡਾ ਆ ਜਾਂ ਤੁਸਾਂ ਦੀ ਕੁੜੀ ਆ ਬੱਚੀ ਆ ਜਾਂ ਬੱਚਾ ਆ ਠੀਕ ਹੈ ਤਾਂ ਇਸ ਦੀ ਵਜ੍ਹਾ ਤੋਂ ਘਰਾਂ ਵਿੱਚ ਕਾਫੀ ਰੋਲੇ ਪਏ ਨੇ ਤਾਂ ਇਸ ਤਰ੍ਹਾਂ ਨਾ ਕਰਿਆ ਕਰੋ ਲੜਾਈ ਝਗੜਾ ਔਰ ਵਾਈਫ ਕੀ ਔਰ ਜਿਹੜਾ ਨਾ ਮੀਆਂ ਤਾਂ ਬੀਵੀ ਦੋ ਕੀ ਜਿਹੜਾ ਨਾ ਮਿਲੀ ਤਾਂ ਟੁਰਨਾ ਚਾਹੀਦਾ ਜੀ ਅਸਾਂ ਕੀ ਕਿਆ ਕਰਨਾ ਚਾਹੀਦਾ ਤਾਂ ਕਾਫੀ ਹਾਲਾਤ ਖਰਾਬ ਹੋਣੇ ਪਏ ਜੀ ਹੁਣ ਜੀ ਅਸਾਂ ਸਾਈਡ ਚੇਂਜ ਕਰਨੇ ਆ ਤੱਕਣੇ ਆ ਕੁੱਕੜ ਪੱਕਾ ਜਾਂ ਕੋਈ ਨਹੀਂ ਤਕਰੀਬਨ 5 ਮਿੰਟ ਹੋਈ ਗਏ ਅਸਾਂ ਤਵੇ ਪਰ ਰੱਖਿਓ 5 ਮਿੰਟ ਓਏ ਹੋਏ 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 ਮਾਸ਼ਾਅੱਲਾ
ਜੀ ਮਾਸ਼ਾਅੱਲਾ ਜੀ ਇੱਕ ਚਿਕਨ ਹੈਗੀ ਜੀ ਸਾਡਾ ਰਾਜੀ ਤੱਕੋ ਮਾਸ਼ਾਅੱਲਾ ਔਰ ਜ਼ਿਆਦਾ ਤੋਂ ਜ਼ਿਆਦਾ ਕਸਮ ਸੰਗਤ ਚੋਂ 10 ਮਿੰਟ ਲਈ ਜਸਟ ਸਹੀ ਗੱਲ ਹੀ ਬਹੁਤ ਜਲਦੀ ਬਣਿਆ ਆ ਕਿ ਖੋ ਕਸ਼ਬੋਦਾਰ ਹੁਣ ਕਹਿ ਲਾਸਾ ਚੈੱਕ ਕਰੋ ਮਾਸ਼ਾਅੱਲਾ ਓਏ ਹੋਏ 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 ਸੋਹਣੀ ਖਾਸੋ ਅਸਲ ਗੱਲ ਹੀ ਜੇ ਖਾਣੇ ਨੂੰ ਮਜ਼ਾ ਫਰੈਸ਼ ਗਰਮ ਗਰਮ ਤਾਂ ਖਾਈ ਕੋਨਾ ਇਸ ਚ ਕਿਹਾ ਗਰਮੋ ਗਰਮ ਖਾਸੋ ਸਹੀ ਮਜ਼ਾ ਤੋ ਸਾਨੂੰ ਸਹੀ ਹੁਣ ਸਾਡੇ ਕੋਲ ਕੋਈ ਮਹਿਮਾਨ ਕੋਈ ਨਹੀਂ ਜਿਹਨੂੰ ਕਿ ਤਾਜ਼ੇ ਤਾਜ਼ੇ ਬਣਾਈ ਤੇ ਖਵਾ ਲੈ ਜਾਓ ਤੇ ਅਸਾਂ ਤਾਂ ਬਣਾਈ ਤੇ ਰੱਖਣੇ ਜਾਸੋ ਬਾਅਦ ਹੀ ਬੱਚੇ ਖਾਸੋ ਭਾਈ ਯਕੀਨ ਕਰੋ ਓਏ ਮਾਸ਼ਾਅੱਲਾ ਜੀ ਪੂਰੀਆਂ ਪੂਰੀਆਂ ਲੱਗਾਂ ਜੀ ਚਾਹੇ ਤੁਸੀਂ ਪਾਕਿਸਤਾਨ ਚ ਹੋ ਜੀ ਜਾਂ ਤੁਸੀਂ ਕਸ਼ਮੀਰ ਚ ਹੋ ਜਿਸ ਕੰਟਰੀ ਚ ਹੋ ਤੁਸੀਂ ਸੌਖਾ ਬਣਾਈ ਸਕਦੇ ਹੋ ਤਵੇ ਇਹ ਕਿਤਨੀ ਲੱਗਤ ਸੋ ਰੱਖਿਆ ਪੰਜ ਇਹ ਵੀ ਜ਼ਿਆਦਾ ਤੋਂ ਜ਼ਿਆਦਾ 10 ਮਿੰਟ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਕੱਲ੍ਹ ਆਇਆ ਸੀ ਜੀ ਗੋਰਾ ਤਾਂ ਫਰੰਟ ਵਾਲੀ ਸਾਈਡ ਜਿਹਨ ਮਾਰੀ ਗਿਆ ਰੰਗ ਅਪਰ ਗਰੇ ਹੋ ਗਿਆ ਅਪਰ ਉਹ ਤਾਂ ਹੁਣ ਮੁੜ ਸੀ ਵਾਪਸ ਮੰਡੇ ਹੁਣ ਮੰਡੇ ਅਸੀਂ ਫਿਰ ਆਲ ਰਾਊਂਡ ਪਰ ਜਿਹਨ ਖਤਮ ਕਰ ਸੀ ਜੀ ਵਾਹ ਜੀ ਵਾਹ ਤੱਕੋ ਮਾਸ਼ਾਅੱਲਾ ਇੱਕ ਸਾਈਡ ਹੋਈ ਗਈ ਜੀ ਤਾਂ ਹੁਣ ਦੂਸਰੀ ਸਾਈਡ ਪਰ ਅਸਾਂ ਸਦਰ ਪਕਾਸੋ ਥੋੜ੍ਹੀ ਜਿਹੀ ਟਾਈਮ ਹੋ ਗਿਆ ਇੱਕ ਦੋ ਮਿੰਟ ਫਿਰ ਅਸਾਂ ਇਹਦਾ ਕਿ ਲਾਸਾਂ ਜੀ ਘਿਓ ਕਿਵੇਂ ਜਿਸ ਟਾਈਮ ਤੁਸੀਂ ਚਿਕਨ ਕੀ ਘਿਓ ਲਾਉਣੇ ਉਹਨੂੰ ਫਿਰ ਇਹ ਸਹੀ ਰਹਿਣਾ ਅਗਰ ਘਿਓ ਜਾਂ ਤੇਲ ਨਾਲ ਲਾਸੋ ਫਿਰ ਹੋ ਜਾਣਾ ਡਰਾਈ ਸਮਝ ਗਈ ਮਾਰੀ ਬਾਤ ਸਹੀ ਹੈ ਜੀ ਮਾਸ਼ਾਅੱਲਾ ਤੋ ਕੋਨਾ ਹਾਂਜੀ ਇਹ ਤੋ ਕੁ ਮੈਂ ਡਾਂਗੇ ਚ ਪਾਣੀ ਪਾਇਆ ਵਾ ਅੱਛਾ ਕੀ ਪਾਇਆ ਬਨੇ ਪਾਣੀ ਡਾਂਗੇ ਚ ਅੱਛਾ ਹੁਣ ਪੂਦਨਾ ਖੋਸੇ ਜੀ ਹੁਣ ਪੂਦਨਾ ਖੋਸਾ ਵਾਹ ਜੀ ਵਾਹ ਤੱਕੋ ਜੀ ਸਾਡਾ ਮਾਸ਼ਾਅੱਲਾ ਮਾਸ਼ਾਅੱਲਾ ਤੋ ਆਪਣੇ ਦੇਸੀ ਪੂਦਨਾ ਕਰਿਆ ਨਾ ਮਾਸ਼ਾਅੱਲਾ ਅੱਛਾ ਜੀ ਕੀ ਕਰ ਸੋ ਖੋਈ ਤਾਂ ਬਾਇਆ ਕਰੋ ਨਾ ਚਟਨੀ ਚਟਨੀ ਜੀ ਆ ਚਟਨੀ ਦੇਸੀ ਚਟਨੀ ਜੀ ਦੇਸੀ ਚਟਨੀ ਪਹਿਲਾਂ ਉਸ ਕੀ ਚੰਗਾ ਵਾਸ਼ ਕਰਸਾਂ ਠੀਕ ਹੈ ਜੀ ਮਾਸ਼ਾਅੱਲਾ ਤੋ ਕਿਤਨਾ ਖੂਬਸੂਰਤ ਆ
ਜੀ ਹੁਣ ਬਨਾਸਾ ਦੇਸੀ ਚਟਨੀ ਇਹ ਮਾਰੇ ਚੁੱਪ ਉਹ ਚੁੱਪ ਕਰੋ ਨਾ ਇਹ ਵੀ ਦੀਪੂ ਜੀ ਨਾ ਤੇ ਜਰਾ ਉਧਰ ਉਹ ਨਹੀਂ ਸੁਣਨਾ ਪਹਿਲਾਂ ਬਸ ਇਹ ਗ੍ਰੀਨ ਤਾਂ ਨਹੀਂ ਆ ਹੈਲੋ ਫ੍ਰੈਂਡ ਯੂ ਵਿਲ ਟੇਕ ਹਿਮ ਹੋਮ ਯੂ ਵਿਲ ਟੇਕ ਹਿਮ ਹੋਮ ਯੂ ਲਾਈਕ ਚਿਕਨ ਜੀ ਇਹ ਗ੍ਰੀਨ ਧਨੀਆ ਮੈਂ ਬਾਹਰੀਆਂ ਤੋਂ ਕੋ ਆ ਗ੍ਰੀਨ ਧਨੀਆ ਆ ਅੱਛਾ ਤੇ ਪੂਦਨਾ ਹੈ ਪੂਦਨਾ ਜਰਾ ਵਾਸ਼ ਕਰ ਤੇ ਮੇਰਾ ਪਿਆਸਾ ਇਹ ਹੁਣ ਬਾਸਾ ਤੇ ਨਾਲ ਬਾਸਾ ਚਾਰ ਗ੍ਰੀਨ ਚਿਲੀ ਜੀ ਚਿਕਨ ਮਾਸ਼ਾਅੱਲਾ ਜੀ ਲੈਗਾਂ ਵੀ ਸਾਡੀਆਂ ਰੈਡੀ ਗਈਆਂ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਬਹੁਤ ਸਾਈਡ ਪਰ ਹੋਰ ਅੜੀ ਤੋ ਕੋ ਕੁੱਕਰ ਪੂਰਾ ਦਹਾ ਆ ਜੀ ਹੁਣ ਜੀ ਦੂਸਰੀਆਂ ਲੈਗਾਂ ਜਿਹੜੀਆਂ ਆ ਇਹਨਾਂ ਕੀ ਵੀ ਅਸਾਂ ਗ੍ਰਿਲ ਕਰੀ ਜਾਂਦੇ ਹਾਂ ਬਿਲਕੁਲ ਭੈਣੋ ਤਾਂ ਪਰ ਉਹ ਈਜ਼ੀ ਤਰੀਕਾ ਹੈ ਅੱਛਾ ਗ੍ਰੀਨ ਧਨੀਆ ਗ੍ਰੀਨ ਮਿੰਟ ਅਸਾਂ ਵਿੱਚ ਬਾਈ ਸਿੱਟਿਆ ਪੂਦਨਾ ਔਰ ਚਾਰ ਗ੍ਰੀਨ ਚਿਲੀ ਬਾਈ ਦਾ ਉਹ ਨਿਮਕ ਪਾਣੀ ਆ ਔਰ ਫਿਰ ਬਸ ਉਹ ਚਟਨੀ ਸੁਣ ਕੇ ਚਾਹੀਦੀ ਹੁਣ ਬਸ ਆ ਨਾਲ ਇੱਦਾਂ ਹੀ ਚਟਨੀ ਵਾਸਤੇ ਬਿਲਕੁਲ ਜੀ ਮਾਸ਼ਾਅੱਲਾ ਇਹ ਵੀ ਸਾਡੀਆਂ ਲੱਗਾਂ ਤਿਆਰ ਹੋ ਗਈਆਂ ਲੇਕਿਨ ਨਿੰਬੂ ਪਾਣੀ ਜਿਹੜਾ ਉਹ ਅੰਦਰ ਟਿਕਾ ਰਿਹਾ ਯਾਦ ਹੀ ਕੋਈ ਨਹੀਂ ਰਹੀ ਇੰਨਾ ਕੀ ਕੋਈ ਨਹੀਂ ਮਾਰਿਆ ਤਾਂ ਚਲੋ ਇੰਨਾ ਕੀ ਅਸਾਂ ਮਾਰ ਹੀ ਸਟਣੇ ਆ ਨਿੰਬੂ ਪਾਣੀ ਮਾਸਾ ਤੋਂ ਹੋਰ ਜ਼ਿਆਦਾ ਟੇਸਟ ਹੋ ਜਾਣੀ ਲੇਕਿਨ ਆਸਾ ਨੰਤੀ ਗਈ ਅੰਦਰ ਆ ਯਾਦ ਹੀ ਕੋਈ ਨਹੀਂ ਇਹਦੇ ਮੰਗੋ ਲੱਸੀ ਮੈਂ ਬਣਾਈ ਲੇਕਿਨ ਟਾਈਮ ਕੋਈ ਨਹੀਂ ਸਭ ਫੋਟੋ ਬਣਾਈ ਹੁੰਦੀ ਅੰਦਰੋਂ ਮਾਸ਼ਾਅੱਲਾ ਜੀ ਇਹ ਵੀ ਲੱਗਾਂ ਰੱਡੀ ਬਿਸਮਿਲ੍ਲਾ ਤੱਕੇ ਹੱਥ ਬਚਾਏ ਕਿੱਥੇ ਜਿਲੇ ਤੂੰ ਸਾਰੀਆਂ ਲੱਗਾਂ ਹੈਗੀਆਂ ਰੈਡੀ ਮਾਸ਼ਾਅੱਲਾ ਅਲਹਮਦੁਲਿਲਾ ਜੀ ਤਿੱਕੇ ਸਾਰੇ ਹੋ ਗਏ ਸਾਰੇ ਰੈਡੀ ਤੱਕੋ ਮਾਸ਼ਾਅੱਲਾ ਛੋਟੇ ਵੱਡੇ ਔਰ ਇਹ ਤਾਂ ਪੂਰਾ ਫੁੱਲੀ ਚਿਕਨ ਆ ਜਿਹੜਾ ਤੁਸੀਂ ਦੱਸਿਆ ਠੀਕ ਹੈ ਤੱਕੋ ਇਸਨੇ ਕਰਨੇ ਜੀ ਅਸਾਂ ਦੋ ਟੋਟੇ ਹੈ ਤੱਕੋ ਹੁਣ ਕਰਨੇ ਜੀ ਅਸਾਂ ਚਾਰ ਟੋਟੇ ਇਸਨੇ ਬ੍ਰੈਸਟ ਪੀਸ ਬਖਰਾ ਹੈਗੇ ਸਾਰੇ ਮਾਸ਼ਾਅੱਲਾ ਬਿਲਕੁਲ ਈਜ਼ੀ ਤਰੀਕਾ ਮੈਂ ਤੁਸੀਂ ਦੱਸਿਆ ਤਵੇ ਪਰ ਮਾਸ਼ਾਅੱਲਾ ਜਿਤਨੀਆਂ ਮਰਜ਼ੀ ਨੇ ਲੱਕੜੀਆਂ ਥੱਲਾ ਸੱਟੋ ਜਲਦੀ ਤੋਂ ਜਲਦੀ
ਇਹ ਚੀਜ਼ ਬਣਸੀ ਜਲਦੀ ਸੋ ਜਲਦੀ ਕੀ ਹੈ, ਇਸਨੇ ਥੱਲੇ ਚੰਗੀ ਜਿਹੜਾ ਨਾ ਜ਼ਿਆਦਾ ਅੱਗ ਹੋਣੀ। ਅਗਰ ਤੁਸੀਂ ਦੂਜੀ ਸਰ ਗ੍ਰਿਲ ਕਰ ਸਕੋ, ਤੁਸੀਂ ਬਣਾਉਣੇ ਪੈਣੇ ਕੋਇਲੇ, ਕੋਇਲੇ ਕਈ ਵਾਰੀ ਠੰਡੇ ਹੋ ਜਾਣੇ, ਜ਼ਿਆਦਾ ਟਾਈਮ ਲਗਾਉਣਾ, ਲੇਕਿਨ ਇਸਨੇ ਥੱਲੇ ਜਿਤਨੀ ਮਰਜ਼ੀ ਨੇ ਤੁਸੀਂ ਅੱਗ ਸੱਟੋ, ਤਵੇ ਪਰ ਇਨਸ਼ਾਅੱਲਾ ਪਰਫੈਕਟ ਬਣਸੀ ਚਿਕਨ ਜੀ। ਹੁਣ ਜੀ ਅਸਾਂ ਟਮਾਟਰ, ਓਨੀਅਨ, ਆਲੂ ਤੇ ਸ਼ਿਮਲਾ ਮਿਰਚ ਉਹ ਅਸਾਂ ਗ੍ਰਿਲ ਕਰਸਾਂ ਇਨਸ਼ਾਅੱਲਾ ਜੀ। ਬਿਲਕੁਲ ਜੀ, ਇਹ ਟਮਾਟਰ ਹੈ, ਪਿਆਜ਼ ਆ, ਉਸਨੇ ਲਵੇ ਗਰੇਦਵਾ, ਸ਼ਿਮਲਾ ਮਿਰਚੀ ਔਰ ਪੋਟੇਟੋ ਨਾਲ ਇਹਨਾਂ 'ਚ ਅਸਾਂ ਸ਼ਾਮਿਲ ਕਰਸਾਂ ਜੀ ਮਸਾਲਾ। ਇਹ ਮਸਾਲਾ ਆ ਜੀ, ਇਹ ਤਾਂ ਕੁਨ ਜੀ ਈਜ਼ੀ ਆ ਤਰੀਕਾ, ਬਿਲਕੁਲ ਜਿਹੜੀ ਚੀਜ਼ ਨੇ ਇਸਨੇ ਉੱਪਰ ਤੁਸੀਂ ਗ੍ਰਿਲ ਕਰੀ ਸਕਣਗੇ ਕਿ ਨਹੀਂ। ਸਹੀ ਗੱਲ ਜੀ, ਟਮਾਟਰ, ਹਰ ਚੀਜ਼, ਪਿਆਜ਼, ਬਿਸਮਿਲ੍ਲਾਹ। ਇਹ 2 ਮਿੰਟ ਲਸਣ ਤੱਕੇ ਜੀ, ਮਾਸ਼ਾਅੱਲਾ ਜੀ ਸਾਡੇ ਵੈਜੀਟੇਬਲ ਵੀ ਜਿਹੜਾ ਨੇ ਇਹ ਵੀ ਗ੍ਰਿਲ ਹੋਈ ਗਏ। ਜੀ ਚਲੋ ਜੀ, ਜਿਹੜੇ ਰਹਿਣੇ ਇਹ ਵੀ ਮਕਾਈ ਸਕਣੇ ਆ, ਕਰੀ ਸਕਣੇ ਆ। ਮਾਸ਼ਾਅੱਲਾ ਖੁਸ਼ਬੂ ਬੜੀ ਪਿਆਰੀ ਇਹਨਾਂ ਨੇ, ਜ਼ਬਰਦਸਤ ਜੀ ਕਿਸਮ। ਅੱਛਾ, ਲੱਸੀ ਪੀਣੇ ਵੀ ਆਉਣਾ? ਮੈਂ ਲੱਸੀ ਪੀਣਾ ਜੀ। ਜੁਲੀਆ ਜੀ ਅੰਦਰ ਕੱਪੜੇ ਚੇਂਜ ਕਰੀ ਛੋ, ਜਾਂ ਸਾਡਾ ਖਾਣਾ ਸਾਰਾ ਤਿਆਰ ਹੋ ਗਿਆ, ਤਾਂ ਹੁਣ ਆਰਾਮ ਨਾਲ ਬੀ ਤੇ ਜਿਹੜਾ ਅਸਾਂ ਖਾਣਾ ਖਾ ਸਕਦਾ। ਉਹ ਵੈਜੀਟੇਬਲ ਵੀ ਸਾਰੇ ਰੈਡੀ ਆ ਮਾਸ਼ਾਅੱਲਾ, 1-2 ਮਿੰਟ ਲਸਣ ਵੈਜੀਟੇਬਲ ਰੈਡੀ ਹੈ। ਜੀ ਬਿਸਮਿਲ੍ਲਾਹ ਰਹਿਮਾਨ ਰਹੀਮ, ਕੱਪੜੇ ਚੇਂਜ ਕਰੀ ਹਾਂ ਜੀ, ਹੁਣ ਸਾਰਾ ਆਖਰੀ ਸਟੈਪਸ ਆਏ, ਇਹ ਵੀ ਮਾਸ਼ਾਅੱਲਾ ਵੈਜੀਟੇਬਲ ਰੈਡੀ ਹੋ ਗਏ ਜੀ। ਜੀ ਬਿਸਮਿਲ੍ਲਾਹ ਰਹਿਮਾਨ ਰਹੀਮ, ਮਾਸ਼ਾਅੱਲਾ ਜੀ ਖਾਣਾ ਸਾਰਿਆਂ ਵਾਸਤੇ ਤਿਆਰ ਹੋ ਗਿਆ, ਸਾਰਿਆਂ ਭੈਣਾਂ ਭਰਾਵਾਂ ਵਾਸਤੇ। ਇਹ ਤਾਂ ਕੋ ਵੈਜੀਟੇਬਲ ਕਿਤਨਾ ਪਿਆਰਾ ਬਣਤਾ, ਯਕੀਨ ਕਰੋ, ਜ਼ਬਰਦਸਤ ਜੀ ਵੈਜੀਟੇਬਲ, ਆਲੂ ਸ਼ਾਲੂ ਸਾਰਾ ਕੁਝ, ਮਜ਼ਾ ਆਈ ਗਿਆ ਜੀ। ਗੱਲ ਇਹ ਕਰਨੀ ਸੀ ਜੀ, ਜੇ ਜਿਤਨੇ ਵੀ ਸਾਡੇ ਭੈਣਾਂ ਭਰਾ ਥੇ, ਅਸਾਂ ਉਹਦਾ ਆਖਿਆ ਸੀ ਜਿਨ੍ਹਾਂ ਬੰਦਿਆਂ ਨੇ ਵੀਜ਼ੇ ਨਹੀਂ ਲਾਉਣੇ, ਉਹਨਾਂ ਨੇ ਬਾਹਰੇ ਜ਼ਰੂਰ ਪਾਸ ਹੋ। ਅਸਾਂ ਹੀ ਆਖਦੇ ਹਾਂ ਜੇ ਜਿਨ੍ਹਾਂ ਬੱਚਿਆਂ ਦੀ ਜ਼ਿੰਦਗੀ ਇੱਥੇ ਹੀ ਹੈ, ਉਹਨਾਂ ਨੇ ਇੱਥੇ ਹੀ ਹੈ, ਠੀਕ ਹੈ। ਭੇੜ ਜਾਂ ਲੜਾਈ ਵਿੱਚ ਜਾਂ ਨਾਰਾਜ਼ਗੀ ਵਿੱਚ ਕੋਈ ਫਾਇਦਾ ਹੈ ਹੀ ਕੋਈ ਨਹੀਂ, ਠੀਕ ਹੈ। ਅਤੇ ਮੀਆਂ ਅਤੇ ਬੀਵੀ ਆਪੇ ਤੁਸੀਂ ਨਾਰਾਜ਼ ਨਾ ਹੋਇਆ ਕਰੋ, ਬਲਕਿ ਤੁਸੀਂ ਆਪੇ ਜੀ ਦੋਏ ਰਾਜ਼ੀ ਰਿਹਾ ਕਰੋ। ਅਤੇ ਮਸਲਾ ਜਿਹੜਾ ਨਾ ਤੁਸੀਂ ਸਮਝਦਾਰੀ ਨਾਲ ਸੋਚ ਕਰੀ ਨਾ, ਅਤੇ ਫਿਰ ਜਿਹੜਾ ਨਾ ਇਸ ਗੱਲਾਂ ਕੀ ਹੱਲ ਕਰਿਆ ਕਰੋ। ਜੇ ਜਿਹੜਾ ਗੁੱਸਾ ਹੋਣਾ ਨਾ, ਗੁੱਸਾ ਆਰਾਮ ਹੋਣਾ, ਇਹ ਤੁਸਾਂ ਨੇ ਬਹੁਤ ਨੁਕਸਾਨ ਕਰਾਉਣਾ ਗੁੱਸਾ ਜਿਹੜਾ ਆ। ਥੋੜੇ ਬੋਲੋ ਨਾ, ਕਹਿ ਗੁੱਸਾ ਬੜਾ ਆਰਾਮ ਚੀਜ਼ ਹੈ, ਠੀਕ ਹੈ।
ਤੇ ਪਾਕਿਸਤਾਨ ਉਹਨਾਂ ਬੱਚਿਆਂ ਨੂੰ ਹੁਣ ਅੱਜ ਕੱਲ੍ਹ ਸ਼ਾਦੀ ਕਰੋ ਜਿਹਨਾਂ ਕੋਲ ਚੰਗੀ ਤਨਖਾਹ ਹੈ, ਜਿਹਨਾਂ ਨਾਲ ਵੀਜ਼ਾ ਹੀ ਸਕਣਾ, ਜਿਹਨਾਂ ਕੋਲ ਜਾਬ ਹੈ ਚੰਗੀ, ਜਿਹੜੇ ਮਾਤੜ ਸਾੜੇ ਆ ਰਹੇ ਜਿਹੜੇ ਹਨ, ਜਿਹਨਾਂ ਬੱਚਿਆਂ ਕੋਲ ਜਾਬਾਂ ਨਹੀਂ ਜਾਂ ਫਿਰ ਉਹ ਪੜ੍ਹੇ ਲਿਖੇ ਵਿਨੀਤ ਨੇ, ਉਹਨਾਂ ਕੀ ਕੋਈ ਫਾਇਦਾ ਨਹੀਂ ਪਾਕਿਸਤਾਨ ਵਸਾਉਣੇ ਨਾਲ, ਕਿਉਂ ਉਹਨਾਂ ਉੱਧਰ ਉਹਨਾਂ ਵੀ ਉਹਨਾਂ ਦੀ ਜ਼ਿੰਦਗੀ ਉਧਰੇ ਫਸੀ ਜਾਣੇ ਉਧਰੋਂ ਫਸੀ ਜਾਣੇ, ਦੋ ਬੰਦਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਣੀ, ਤਾਂ ਫਿਰ ਫੈਮਿਲੀਆਂ 'ਚ ਕਿਆ ਹੋਣਾ, ਨਾਰਾਜ਼ਗੀਆਂ ਪੈ ਜਾਣੀਆਂ ਭੈਣਾਂ ਭਰਾਵਾਂ ਵਿੱਚ, ਠੀਕ ਹੈ ਨਾ? ਪਹਿਲੇ ਨਾਰਾਜ਼ਗੀ ਬਿਹਤਰ ਨਹੀਂ, ਦੂਈ ਨਾਰਾਜ਼ਗੀ ਜਿਹੜੇ ਉਹ ਜ਼ਿਆਦਾ ਬੰਦੇ ਨਹੀਂ ਹੋਈ, ਬਿਲਕੁਲ ਬਿਲਕੁਲ, ਉਹ ਵਾਲਿਆਂ ਨੇ ਪਹਿਲੀ ਨਾਰਾਜ਼ਗੀ ਬਿਹਤਰ ਹੈ, ਲੇਕਿਨ ਦੂਈ ਜ਼ਿਆਦਾ ਉਹ ਫਾਇਦਾ ਕੋਈ ਨਹੀਂ ਹੋਣਾ। ਤੇ ਜਿਹੜੇ ਭੈਣਾਂ ਭਰਾ ਕੇ ਜ਼ਿੱਦਾਂ ਨਾਲ ਕਰੀ ਸਕਣੇ, ਭੈਣਾਂ ਭਰਾ ਨੇ ਜ਼ਿੱਦਾਂ ਨਾਲ ਜਾਏ, ਰਿਸ਼ਤੇ ਚਾਹੀਦੇ ਨੇ ਆਨੇ ਆਸਾਨੇ ਰਿਸ਼ਤੇ ਹੀ ਜਨ, ਅੱਗੇ ਫਿਰ ਉਹਨਾਂ ਨੇ ਵੀਜ਼ੇ ਨਹੀਂ ਹੋਣੇ, ਉਹਨਾਂ ਨੇ ਕੰਮ ਨਹੀਂ ਹੋਣੇ, ਤੇ ਫਿਰ ਫਾਇਦਾ ਕੋਈ ਨਹੀਂ, ਨਾ ਆਪਣੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਬਰਬਾਦ ਕਰੋ, ਉੱਥੇ ਉਹਨਾਂ ਨੇ ਧੀਆਂ ਪੁੱਤਰਾਂ ਦੀ ਜ਼ਿੰਦਗੀਆਂ ਬਰਬਾਦ ਕਰੋ। ਮੈਂ ਸੁਣਿਆ ਯੂਕੇ ਵਿੱਚ ਮਾਸ਼ਾਅੱਲਾ ਅੱਛੇ ਰਿਸ਼ਤੇ ਤੁਸੀਂ ਲੱਭੀ ਜਾਣੇ, ਬੰਦੇ ਕਈ ਆਨੇ ਜੀ ਮਾੜੀ ਇੱਜ਼ਤ ਚਲੀ ਗਈ, ਮਾੜੀ ਇੱਜ਼ਤ ਚਲੀ ਗਈ, ਮੈਂ ਬਲਾਦਰੀ ਸੁਭਾਅ ਰਿਸ਼ਤਾ ਚਾਹੀਦੀ ਤਾਂ, ਮੈਂ ਬਲਾਦਰੀ ਸੁਭਾਅ ਰਿਸ਼ਤਾ ਚਾਹੀਦੀ ਤਾਂ ਕੁਝ ਵੀ ਨਹੀਂ ਹੋਣਾ, ਠੀਕ ਹੈ? ਮਾੜੀ ਧੀ ਖੁਦ ਬੜੀ ਜਿਹੜਾ ਨਾ, ਅਸਾਂ ਰਿਸ਼ਤਾ ਬਾਹਰ ਦਿੱਤਾ ਵਾ, ਦੋ ਧੀਆਂ ਇਸ ਮਾਸ਼ਾਅੱਲਾ ਖੁਸ਼ੀ ਨਾਲ ਰਹਿਣੀ ਪਈ, ਉਹ ਵੀ ਖੁਸ਼ ਹੈ, ਅਸਾਂ ਵੀ ਖੁਸ਼ ਹਾਂ, ਠੀਕ ਹੈ? ਮਾਸ਼ਾਅੱਲਾ ਅੱਛੇ ਬੰਦੇ ਜੀ, ਠੀਕ ਹੈ? ਤੇ ਇਹਨਾਂ ਸੋਚਿਆ ਕਰੋ ਜੀ ਜਿਹੜਾ ਨਾ ਮਾੜੇ ਹੁਣ ਬਲਾਦਰੀ ਸੁਭਾਅ ਦਾ ਰਿਸ਼ਤਾ ਹੋਣ ਨਾ ਬਾਹਰ, ਤਾਂ ਮਾੜਿਆ ਸਿਰ ਟਈ ਪਏ ਸੀ ਜਾਂ ਕੁਝ ਨੀ, ਜਿੱਥੇ ਜਿੱਥੇ ਤੁਹਾਨੂੰ ਧੀ ਭੈਣੂ ਨਾ ਮੁਕੱਦਰ ਜੋੜਿਆ ਵਾ, ਠੀਕ ਹੈ? ਤੇ ਇਹ ਸੋਚ ਜਿਹਨਾਂ ਨੇ ਇੱਕ ਨਿਕੰਮੀ ਸੋਚ ਹੈ, ਘਰ ਤੁਸੀਂ ਖੁਸ਼ ਰੱਖੋ, ਆਪਣੇ ਬੱਚੇ ਤੁਸੀਂ ਖੁਸ਼ ਰੱਖੋ, ਆਪਣੀ ਬੀਵੀ ਤੁਸੀਂ ਖੁਸ਼ ਰੱਖੋ, ਤਾਂ ਆਪਣਾ ਮਿਗੀ ਆਪਣਾ ਮਰਦ ਖੁਸ਼ ਰੱਖੋ, ਆਪਣਾ ਮਰਦ ਖੁਸ਼ ਰੱਖੋ, ਬਿਲਕੁਲ ਠੀਕ ਹੈ? ਬੀਵੀ ਜਿਹੜਾ ਨਾ ਇਹ ਗੱਡੀ ਨੇ ਚਾਰ ਪਹੀਏ ਹੋਣੇ, ਬਿਲਕੁਲ ਇਹਨਾਂ ਕੀ ਚਾਰ ਪਹੀਏ ਸੁਣ ਤਾਂ ਗੱਡੀ ਚਲਸੀ ਨਾ, ਬਿਲਕੁਲ ਅਗਰ ਦੋ ਪਹੀਏ ਲਈ ਜਾ ਸਕ ਤਾਂ ਦੂਸਰੀ ਫਿਰ ਟਈ ਪਸੀ ਗੱਡੀ, ਬਿਲਕੁਲ ਇਸ ਵਾਸਤੇ ਜਿਹੜਾ ਮਾੜੇ ਪਿਆਰੇ ਭੈਣਾਂ ਭਰਾ ਜਿਹੜੇ ਅਸਾਂ ਨੇ ਸੁਣਨੇ ਹੋਣਾ, ਤੁਸੀਂ ਜ਼ਰੂਰ ਸੋਚੀ ਸੰਭਲੀ ਤਾਂ ਰਿਸ਼ਤੇ ਦਿਓ ਜਾਂ ਕਰੋ, ਸਪੈਸ਼ਲੀ ਪਾਕਿਸਤਾਨ ਤੋਂ ਦੇ ਨਹੀਂ ਹੋਣੇ, 38,000 ਲਿਖੀ ਵੀ ਦੱਸੋ ਇਨਕਮ, ਫਿਰ ਵੀ ਤੁਸੀਂ ਮੁਸ਼ਕਿਲ ਇਸ ਵਾਸਤੇ ਕਿਉਂਕਿ ਉਹ ਬੱਚੇ ਕਮਾਈ ਕਮਾਈ ਤੇ ਥੱਕੀ ਜਾ ਸੋਣਾ, ਰਾਤ ਦਿਨ ਇੱਕ ਜਾਸੀ, ਫਿਰ ਵੀ ਉਹ ਤਨਖਾਹ ਉਹਨਾਂ ਨੇ ਨਹੀਂ ਬਣਾਉਣੀ ਆ। ਇਸ ਵੇਲੇ ਯਕੀਨ ਕਰੋ ਮਾਈ ਬਾਪ ਵੀ ਬਹੁਤ ਪਰੇਸ਼ਾਨ ਹੈ ਯੂਕੇ ਵਿੱਚ, ਔਰ ਬੱਚੇ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੈ, ਠੀਕ ਹੈ ਨਾ? ਸਮਝ ਗਏ ਉਹ ਭੈਣਾਂ ਭਰਾ ਨਾਰਾਜ਼ ਹੋਈ ਜਾਣੇ, ਲੇਕਿਨ ਜੋ ਕੁਝ ਇੱਥੇ ਹੁਣ ਹੋਈ ਰਹੀ ਉਹ ਅਸਾਂ ਹੀ ਪਤਾ ਹੈ, ਉਹਨਾਂ ਬੰਦਿਆਂ ਦੀ ਪਾਕਿਸਤਾਨ ਨਹੀਂ ਪਤਾ, ਠੀਕ ਹੈ ਨਾ? ਨਹੀਂ ਨਹੀਂ ਕਿ ਪਾਕਿਸਤਾਨ ਨੂੰ ਪਤਾ ਨਹੀਂ ਤਾਂ ਨਿਊਜ਼ਾਂ ਜਾਣੇ ਨਾ ਜੀ, ਲੇਕਿਨ ਜਿੰਨਾ ਕਿਹੜੇ ਮਹੀਨੇ ਸੇ ਪਹਿਲੇ ਜਿੰਨਾ ਵੀਜ਼ੇ ਦਾਖਲ ਕਰਾਏ, ਅਪ੍ਰੈਲ ਸੇ ਪਹਿਲੇ ਪਹਿਲੇ ਅਪ੍ਰੈਲ ਸੇ ਪਹਿਲੇ ਪਹਿਲੇ ਜਿੰਨਾ ਵੀਜ਼ੇ ਦਾਖਲ ਕਰਾਏ ਵਾ, ਕੇਸ ਦਿੱਤਾ ਵਾ, ਉਹਨਾਂ ਨੇ ਵੀਜ਼ੇ ਹੀ ਜਸਨ, ਜਿਹੜੇ ਅਪ੍ਰੈਲ ਸੇ ਬਾਅਦ ਹੀ ਜੋ ਇਹਨਾਂ ਕੇਸ ਦਾਖਲ ਉਹਨਾਂ ਵਾਸਤੇ ਹਾਰਡ ਹੈ ਜੀ ਜੀ, ਪਰ ਅੱਲਾਹ ਪਾਕ ਗਈਏ ਦੁਆ ਕਰੋ ਜੀ ਜਿਹੜਾ ਨਾ ਅੱਲਾ ਪਾਕ ਸਾਰੇ ਆਸਾਨੀਆਂ ਪੈਦਾ ਕਰੂੰ, ਅੱਲਾ ਪਾਕ ਸਾਰੇ ਭੈਣਾਂ ਭਰਾ ਬਜ਼ੁਰਗ ਬੱਚਿਆਂ ਕੀ ਇਹ ਸਮਝਾਣੇ ਆ ਸਕੇ, ਬੱਚਿਆਂ ਨਾਲ ਜਿਹੜਾ ਨਾ ਉਹਨਾਂ ਕੀ ਆਪਣੇ ਬੱਚਿਆਂ ਬੱਚਿਆਂ ਫਸਾਏ ਸਕਸੋ, ਭੈਣਾਂ ਭਰਾ ਵੀ ਰੋਲਾ ਬਾਸੁਨ ਆਸੁਨ, ਤੁਸੀਂ ਸਾਰੇ ਬੱਚੇ ਨੀ ਮੰਗਵਾਏ,
ਸਭ ਤੋਂ ਚੰਗੇ ਭੈਣਾਂ ਭਰਾ ਹੋਣੇ। ਅਗਰ ਕਿਸੇ ਨੇ ਬਲਾਦਰੀ ਵਿੱਚ ਰਿਸ਼ਤਾ ਲਈ ਜਾਏ ਤਾਂ ਸਭ ਤੋਂ ਬੜੀ ਖੁਸ਼ੀ ਦੀ ਗੱਲ ਵੀ ਹੋਣੀ, ਤੇ ਕਈ ਵਾਰੀ ਬਲਾਦਰੀ ਨੇ ਰਿਸ਼ਤੇ ਟੁੱਟੀ ਵੀ ਜਾਣੇ, ਟੁੱਟੀ ਵੀ ਜਾਣੇ, ਠੀਕ ਹੈ ਨਾ। ਹੁਣ ਜਿਸ ਤਰ੍ਹਾਂ ਮੈਂ ਆਪਣੀਆਂ ਦੋ ਬੇਟੀਆਂ ਦਾ ਰਿਸ਼ਤਾ ਪਾਕਿਸਤਾਨ ਦਿੱਤਾ ਵਸਾ, ਆਪਣੇ ਭਰਾ ਨੇ ਘਰ ਤੋਂ ਮਾੜੇ ਦੋਵੇਂ ਰਿਸ਼ਤੇ ਟੁੱਟੀ ਗਏ, ਕੀ ਆ, ਮੈਂ ਬਿਮਾਰ ਸਾਂ, ਗਰੀਬ ਸਾਂ, ਤਾਂ ਮਾੜਾ ਜਿਹੜਾ ਬੜਾ ਭਾਈ ਆ ਉਹ ਅੰਬੀਰ ਆ, ਤਾਂ ਉਸਨੇ ਉਸੇ ਘਰੋਂ ਮਾੜੇ ਭਰਾ ਰਿਸ਼ਤਾ ਕਰੀ, ਤਾਂ ਮੀਂਹ ਛੋੜ ਦਿੱਤਾ, ਨਿਆਣੇ ਤੁਹਾਡੀ ਬੱਚੀਆਂ ਵੀ ਕੋਈ ਕੰਮ ਕਰਨੀਆਂ, ਤਾਂ ਤੂੰ ਸਾਡਾ ਪੈਸਾ ਵੀ ਕੋਨੇ ਭੇਜਣਾ, ਤੇ ਅਸਾਂ ਤੂੰ ਕੀ ਛੋੜਨੇ। ਅੱਜ ਕੱਲ ਪੈਣਾ ਭਰਾ ਸੱਚੀ ਗੱਲ ਪੈਸਾ ਚੱਲਣਾ, ਪੈਸਾ ਭੇਜੋ ਤੇ ਪੈਣਾ ਭਰਾ ਜੀ ਬਿਸਮਿਲਾ ਕਰਸੋ, ਪੈਸਾ ਨਾ ਭੇਜੋ ਤੇ ਭਰਾ ਪੈਣਾ ਭਰਾ ਕੰਡ ਭੇਜ ਜਾ ਸੋਨਾ, ਬਿਲਕੁਲ ਖਤਮ। ਤਾਂ ਅਸਾਂ ਰਿਸ਼ਤੇ ਅੱਖੀ ਨੂਟੀ ਤੇ ਚਾਹੀ ਦਿੱਤੇ ਸੇ, ਅਸਾਂ ਹਸਾ ਜੋ ਕੁਝ ਅਸਾਂ ਕੋ ਆਇਆ ਕਰਸਾਂ, ਲੇਕਿਨ ਸੱਚੀ ਗੱਲ ਜੇ ਰਾਤੀ ਅਸਾਂ ਰਿਸ਼ਤੇ ਦਿੱਤੇ ਸੁਬਹ ਸੁਬਹ ਟੁੱਟੀ ਗਏ, ਅਸਾਂ ਰਾਤੀ ਜ਼ਬਾਨ ਕੀਤੀ ਆਪਣੇ ਭਰਾ ਨਾਲ ਜੇ ਅਸਾਂ ਰਿਸ਼ਤੇ ਸੰਗੀ ਦੇਸਾਂ ਉਹਨਾਂ ਆਖਿਆ ਕਰਸਾਂ, ਤਾਂ ਸੁਬਹ ਫੋਨ ਆਈ ਗਏ ਜੀ ਤੁਸੀਂ ਰਿਸ਼ਤੇ ਅਸਾਂ ਨਾ ਕਰ, ਰਿਸ਼ਤੇ ਟੁੱਟੀ ਗਏ, ਸੁਬਹ ਸੁਬਹ ਲਾ ਖਬਰ ਆਈ ਨਾ ਕਿ ਤੁਸਾਂ ਰਿਸ਼ਤਾ ਟੁੱਟੀ ਗਿਆ, ਤਾਂ ਦੂਸਰੇ ਤੁਸਾਂ ਨੇ ਜਿਹੜਾ ਇਹਨਾਂ ਨੇ ਬੜਾ ਭਰਾ ਆਇਆ ਉਸ ਨਾਲ ਜਿਹੜਾ ਰਿਸ਼ਤਾ ਹੋਈ ਗਿਆ, ਉਸਨੀ ਧੀ ਨਾਲ ਜਿਹੜੀ ਮਾੜੀ ਜਠਾਣੀ ਹੈ ਉਸਨੀ ਧੀ ਜਿਹੜੀ ਹੈ, ਲੇਕਿਨ ਆਨੇ ਨੇ ਜੇ ਸਭ ਕੁਛ ਖੁਦਾ ਕੋ ਛੋੜੀ ਦਿਓ, ਕੋਈ ਨੀ ਜੀ, ਅਸਾਂ ਫਿਰ ਵੀ ਖੁਸ਼ ਹਾਂ, ਮੈਂ ਆਪਣੀਆਂ ਦੋ ਬੇਟੀਆਂ ਨੇ ਇੱਥੇ ਰਿਸ਼ਤੇ ਚਾਹੀਦੇ, ਅੱਲਾ ਪਾਕ ਸਰ ਇਸਤੇ ਬਿਹਤਰ ਕੀਤਾ, ਸਾਰੇ ਤੇ ਬਿਹਤਰ ਕੀਤਾ ਅੱਲਾ ਪਾਕ, ਔਰ ਇੱਥੇ ਵੀ ਮਾਸ਼ਾਅੱਲਾ ਬਹੁਤ ਚੰਗੇ ਪੈਣਾ ਭਰਾ ਹੈ, ਜ਼ਰੂਰੀ ਨਹੀਂ ਨੇ ਆਪਣਾ ਖੂਨੀ ਰਿਸ਼ਤਾ ਚੰਗਾ ਹੋਵੇ, ਕਈ ਵਾਰ ਖੂਨੀ ਸੋ ਜ਼ਿਆਦਾ, ਮੈਂ ਕਈ ਹਾਲਾਤ ਤੱਕੀਆਂ ਨਾ ਜਿਹੜੇ ਮਾਨਾ ਕਈ ਵਾਰੀ ਗੱਲਾਂ ਕਰਨੀਆਂ ਕਿ ਮੇਰੀ ਆਦਤ ਹੀ ਮੈਂ ਇਸ ਮਿਲਖਾ ਨਹੀਂ ਹੈ, ਲੇਕਿਨ ਮੈਂ ਜਿਹੜੇ ਗੱਲ ਕਰੂੰ ਨਾ ਮੈਂ ਉਹਨਾਂ ਨੇ ਆਪਣੀ ਜ਼ਬਾਨ 'ਚ ਖੱਲੀ ਬਈ ਗੱਲਾਂ ਕਰਨੀਆਂ ਆਉਣੀਆਂ, ਪੁੱਤਰਾ ਪਤਰੀ ਕੀਤੀ ਸੀ, ਪਤਰੀਆ ਕੀਤਾ ਸਾ, ਪਨੇਹ ਕੀਤੀ ਸੀ ਪਨਿਆ, ਅੱਜ ਅਸਾਂ ਪਾਣੀ ਨੂੰ ਕੁੱਟ ਵੀ ਨਹੀਂ ਦੇਣੇ, ਤਾਂ ਗੱਲਾਂ ਸੱਚੀਆਂ ਹੀ ਆ, ਤਾਂ ਜਿਹੜੇ ਲੋਕ ਹੈ ਨਾ ਐਜ਼ ਅ ਸਾਰੀ ਪਰਜਾਈ ਹੈ ਨਾ, ਮਾੜੀ ਨਿੱਕੀ ਜਿਹੜੀ ਪਰਜਾਈ ਉਹ ਤਾਂ ਸਾਰੇ ਘਰ ਲੈਣ ਬਾਵਾ ਰਹਿੰਦਾ ਨੇ, ਉਹਨਾਂ ਨੇ ਸਾਰੇ ਰਿਸ਼ਤੇ ਉਹ ਮਾਸ਼ਾਅੱਲਾ ਬਹੁਤ ਚੰਗੀ ਹੈ, ਤੇ ਜਿਹੜੀ ਮਾੜੀ ਬੜੀ ਪਰਜਾਈ ਹੈ, ਬੜੇ ਪ੍ਰਾਹੁਣੀ ਵਾਈਫ ਉਹ ਅਸਾਂ ਮਾੜੇ ਇਹਨਾਂ ਨੇ ਜਿਹੜੇ ਅੱਬੂ ਹੈ ਉਹਨਾਂ ਨੇ ਦੋਸਤ ਹੈ ਨੀ ਪੀ ਹੈ ਮਾਸ਼ਾਅੱਲਾ, ਔਰ ਦੋਵੇਂ ਮਾੜੀ ਪਰਜਾਈਆਂ ਮਾਸ਼ਾਅੱਲਾ ਬਹੁਤ ਚੰਗੀਆਂ ਹੀ ਆ ਜੀ, ਬਹੁਤ ਚੰਗੀਆਂ ਹੀ ਆ, ਸੋ ਮਤਲਬ ਇੱਜ਼ਤ ਕਰਨੀ ਹਰ ਚੀਜ਼ ਹੈ, ਤਾਂ ਜਿਹੜੇ ਆਪਣੇ ਫੋਨ ਹੀ ਹੈ ਜੇ ਉਹਨਾਂ ਤਰ ਜ਼ਰਾ ਕਿ ਮਸਲਾ ਨਾ ਪੈਸੋ ਪੈਸਾ ਜਾਂ ਇਹ ਜੀ ਗਲਤ ਉਹ ਮੂੰਹ ਫੇਰੀ ਕਰ ਸੋ ਜਾਂ ਸੋ ਗੱਲਾਂ ਸੋ ਕਿਸ ਨਾ ਸੋਣ, ਬਿਲਕੁਲ ਬਿਲਕੁਲ, ਇਸ ਨੂੰ ਸਾਡਾ ਮਕਸਦ ਸਾ ਇਹ ਗੱਲ ਭੈਣਾਂ ਭਰਾ ਨਾਲ ਕਰਨਾ, ਜੇ ਕਈ ਭੈਣਾਂ ਭਰਾ ਅਸਾਂ ਜੀ ਮਿਲਣੇ ਤੇ ਉਹ ਆਉਣੇ ਇਹ ਜੀ ਵੀਡੀਓ ਪਲੀਜ਼ ਬਣਾਓ ਜਿਹੜਾ ਨਾ, ਤਾਂ ਅਸਾਂ ਇਸ ਵਜ੍ਹਾ ਸੋ ਰਿਕਾਰਡਿੰਗ ਅੱਜ ਆਪਣੀ ਕੀਤੀ ਜੀ, ਅਸੀਂ ਬਹੁਤ ਭੈਣਾਂ ਭਰਾ ਮਿਲੇ ਜਿਹੜਿਆਂ ਨੇ ਆਵਾਜ਼ ਪਹੁੰਚੋ ਸਾਰਿਆਂ ਦੀ ਹੈ ਜੇ ਆਪਸ ਵਿੱਚ ਮੀਆਂ ਤੇ ਬੀਵੀ ਨਾਰਾਜ਼, ਬਿਲਕੁਲ ਨਾ ਨਾਰਾਜ਼ ਹੋ, ਬੱਚਿਆਂ ਕੀ ਖੁਸ਼ ਰੱਖੋ, ਅਗਰ ਮੀਆਂ ਤੇ ਬੀਵੀ ਨਾਰਾਜ਼ ਹੋ ਜਿਸਨ ਬੱਚਿਆਂ ਦੀ ਜ਼ਿੰਦਗੀ ਬਰਬਾਦ, ਕਿਹੜਾ ਫਾਇਦਾ ਸਭ ਤੋਂ, ਹਾਂਜੀ, ਤਾਂ ਕੋਈ ਬੀਵੀਆਂ ਅਸਾਂ ਕੀ ਪਾਕਿਸਤਾਨ ਨੂੰ ਬੁਲਾਉਣੀਆਂ, ਇੱਥੇ ਕਿਤਨੀ ਮਿਹਨਤ ਕਰੀ ਤੇ ਬੁਲਾਉਣੀਆਂ, ਕੰਮ ਕਰਨੀਆਂ, ਮੈਂ ਖੁਦ ਭੈਣਾਂ ਤੱਕੀਆਂ ਜਿਹੜੀਆਂ ਕੰਮ ਕਰਨੀਆਂ, ਬੇ ਯਕੀਨ ਕਰੋ
ਰਾਤ ਦਿਨ ਉਹ ਕਰੀ ਤਾਂ ਮਰਦਾਂ ਵਿੱਚ ਕੰਮ ਕਰਨੀਆਂ, ਲੇਕਿਨ ਫਿਰ ਵੀ ਉਹ ਮੰਗਵਾਈ ਨਹੀਂ ਸਕਣੀਆਂ ਤਾਂ ਉਹਨਾਂ ਨੇ ਇਨਸਾਫ਼ ਵੀ ਨਹੀਂ ਹੋਣਾ। ਚਲੋ ਜਿਹੜੇ ਬੰਦੇ ਇੱਥੇ ਅੱਛੀ ਵੀ ਸਕਣੇ, ਫਿਰ ਵੀ ਕਿਤਨੇ ਬੰਦੇ ਜਿਹੜਾ ਨਾ ਉਹ ਆਪਣੀ ਵਾਈਫ ਨਾਲ ਨਹੀਂ ਖੁਸ਼ ਰਹੇ ਨੇ, ਠੀਕ ਹੈ, ਆਪਣੀ ਵਾਈਫ ਨਾਲ ਨਹੀਂ ਖੁਸ਼ ਰਹੇ ਨੇ, ਇਸ ਤਰ੍ਹਾਂ ਬਿਲਕੁਲ ਨਾ ਕਰੋ। ਕਿਉਂ ਸਾਡੀਆਂ ਭੈਣਾਂ ਬੜੀ ਮਿਹਨਤ ਕਰੀ ਤਾਂ ਬਣਾਉਣੀਆਂ, ਮਿਹਨਤ ਨੇ ਬਣਾਉਣੀ ਤਾਂ ਕੋਈ ਇਨਸਾਫ਼ ਨਾ ਮਿਲੇ, ਸਾਰਾ ਬੜਾ ਦੁੱਖ ਲਾਣਾ, ਬੜਾ ਬੜਾ। ਤਾਂ ਆਪਣੇ ਬੱਚਿਆਂ ਨਾਲ ਪਿਆਰ ਮੁਹੱਬਤ ਕਰੋ, ਹਾਂ ਆਪਣੀ ਫੈਮਿਲੀ ਦੀ ਪਿੱਛੇ ਖੁਸ਼ ਰੱਖੋ, ਜਿਹੜਾ ਪੈਸਾ ਤੁਸੀਂ ਕਮਾਉਣੇ ਹੋ ਨਾ ਤੁਸੀਂ ਫੈਮਿਲੀ ਕੀ ਖੁਸ਼ ਰੱਖੋ, ਔਰ ਆਪਣੇ ਬੱਚਿਆਂ ਦੀ ਬੀਵੀ ਕੀ ਖੁਸ਼ ਰੱਖੋ, ਦੋ ਪਾਸੇ ਰੱਖੋ, ਠੀਕ ਹੈ ਨਾ। ਅਤੇ ਅੱਜ ਦੀ ਵੀਡੀਓ ਅਸਾਂ ਇਹ ਗੱਲ ਜਿਹੜੀ ਅਸਾਂ ਜ਼ਰੂਰੀ ਕਰਨੀ ਸੀ ਇਹ ਅਸਾਂ ਕੀਤੀ, ਅਤੇ ਦਿਮਾਗ ਸਹੀ ਜਾਈ ਪਰ ਰੱਖੀ ਤਾਂ ਰਿਸ਼ਤੇ ਦਿਓ ਔਰ ਰਿਸ਼ਤੇ ਕਰੋ ਵੀ, ਕਿਉਂ ਜਿਹੜੇ ਹਾਲਾਤ ਜਾਈ ਰਹੇ, ਜਿਹੜੇ ਹਾਲਾਤ ਜਾਈ ਰਹੇ, ਇਸ ਹਾਲਾਤ ਕੀ ਅਸਾਂ ਤੱਕੀ ਤੇ ਵੀਡੀਓ ਬਣਾਉਣੇ ਆ, ਅੱਗੇ ਹਾਲਾਤ ਹੋਰ ਖਰਾਬ ਹੈ, ਅੱਗੇ ਅੱਗੇ ਹਾਲਾਤ ਹੋਰ ਖਰਾਬ ਹੈ, ਨਾਲੇ ਤਾਂ ਕੋਈ ਯੂਕੇ ਵਿੱਚ ਰਿਹਾ ਕੇ ਆ, I mean the income is up to 38,000 pounds now, yeah, and no job, no jobs, you know how hard it is, even though you've got a good job you still can't earn that much income. 38,000 pounds is a very very high income, and it's very very difficult for our children to call their spouse over to this country. So please may request karne to all the brothers and sisters, everyone, that please listen to your children and think about it. Think about it, how are they going to call them over? If they got good income, if they can, that's fine. Yes, that's then that's fine. Really happy. Yes. But if they can't, please, please, apne bachchon ki don't take your kids over and do not get them married. No pushing. And don't push them, because then how are they going to call them over? Then they're going to be stuck there and your children will be stuck here. No. So please, please, whatever we said, do listen to it and do think about it, please, brothers and sisters, everyone. Yeah. ਪਲੀਜ਼ ਅਗਰ ਸਾਡੇ ਕੋਲ ਕੋਈ ਗਲਤੀ ਗਈ ਤਾਂ ਮਾਫ਼ ਕਰ ਸਕਦੇ, ਠੀਕ ਹੈ, ਜੋ ਕੁਝ ਅਸਾਂ ਕੀ ਦਿਸਣਾ ਉਹ ਅਸਾਂ ਤੁਸਾਂ ਕੀ ਦੱਸਿਆ, ਠੀਕ ਹੈ। ਤਾਂ ਹੁਣ ਫੂਡ ਅਸਾਂ ਟਰਾਈ ਕਰਨੇ ਆ, ਸਾਡੇ ਜਿਸ ਤਰ੍ਹਾਂ ਪਿਆਰੇ ਭੈਣਾਂ ਭਰਾ ਕਸ਼ਮੀਰ ਤੋਂ ਕਿੰਨੀ, ਪਾਕਿਸਤਾਨ ਤੋਂ ਕਿੰਨੀ, ਪਠਾਨ ਸਾਡੇ ਭੈਣਾਂ ਭਰਾ ਯੂਕੇ ਆਲ ਵਰਲਡ, ਜਿਸ ਤਰੀਕੇ ਨਾਲ ਸਾਡੀ ਸਪੋਰਟ ਕਰਨੇ ਹੋ, ਪਿਆਰ ਕਰਨੇ ਹੋ, ਮੁਹੱਬਤ ਕਰਨੇ ਹੋ, ਅਸਾਂ ਇਸੇ ਤਰ੍ਹਾਂ ਸਾਨੂੰ ਪਿਆਰ ਮੁਹੱਬਤ ਜ਼ਿਆਦਾ ਸਪੋਰਟ ਕਰਨੇ ਆ, ਅਸਾਂ ਨੇ ਸਾਰੇ ਭੈਣਾਂ ਭਰਾ ਜਿਹੜਾ ਖੁਸ਼ ਰਹਿਣ ਔਰ ਉਹਨਾਂ ਕੀ ਹਰ ਕਦਮ ਪਰ ਅੱਲਾ ਪਾਕ ਕਾਮਯਾਬੀਆਂ ਦੇ, ਆਮੀਨ। ਬਿਲਕੁਲ ਜੀ ਬਿਲਕੁਲ, ਤਾਂ ਹੁਣ ਅਸਾਂ ਜੀ ਖਾਣਾ ਤਿਆਰ ਆ, ਜਿਹੜਾ ਨਾ ਇਹ ਟਰਾਈ ਕਰਨੇ ਆ ਖਾਣਾ ਅਸਾਂ ਜੀ, ਤਾਂ ਹੁਣ ਕਰੋ ਟਰਾਈ ਖਾਣਾ ਹੁਣ ਜੀ। ਬਿਸਮਿਲਲਾਹ ਰਹਿਮਾਨ ਰਹੀਮ, ਨਾਲ ਬਹੁਤ ਜੀ ਵੈਜੀਟੇਬਲ ਪਿਆਰੇ ਨੇ, ਇੱਥੋਂ ਚਾਹੀਦੇ ਜੀ, ਆਰਾ ਫਿਰ ਇੱਥੇ ਜੀ, ਇੱਥੋਂ ਹੀ ਚਾਹੀਦੇ, ਚਿਕਨ ਟਰਾਈ ਕਰੋ ਨਾ, ਮਾਸ਼ਾਅੱਲਾ ਹੁਣ ਥੋੜਾ ਜਿਹਾ ਆਈ ਗਿਆ ਅਸਲੀ ਠੱਡਾ, ਹੁਣ ਹੁਣ ਚੜ ਪਈ ਗਿਆ ਨਾ, ਤੇ ਜੇ ਸਹੀ ਤੋਂ ਪਰ ਫਿਰ ਖਾਣਾ ਨਹੀਂ ਛੱਡਾ ਨਾ, ਮਾਸ਼ਾਅੱਲਾ ਓਏ ਹੋਏ। ਅੱਛਾ ਇਹ ਜਿਹੜਾ ਤੁਹਾਨੂੰ ਤਰੀਕਾ ਨਾ ਤਵੇ ਪਰ ਰੱਖੀ ਤਾਂ ਬਣਾਉਣੇ ਨਾ, ਇਹ ਬਹੁਤ ਟੇਸਟੀ ਬਣਨਾ ਚਿਕਨ ਮਾਸ਼ਾਅੱਲਾ।
ਇਹ ਆਲੂ ਆ ਮਾਸ਼ਾਅੱਲਾ ਜੀ ਚਿਕਨ ਦੀ ਅੱਗੀ ਨੂੰ ਸਮੈਲ ਤਾਂ ਨਹੀਂ ਲੱਗੀ ਬਿਲਕੁਲ ਕੋਈ ਵਾਹ ਇਸ ਨਾ ਆਪਣਾ ਬਹੁਤ ਨਾਈਸ ਟੇਸਟ ਬਣਿਆ ਬਿਲਕੁਲ ਜੇ ਅੰਦਰ ਨਹੀਂ ਕੁੱਕਰ ਹੀ ਨਾ ਓਵਨ ਜਾਂ ਗ੍ਰਿਲ ਵਿੱਚ ਬਿਲਕੁਲ ਇਸ ਰਹਿ ਤੇ ਇਸ ਗ੍ਰਿਲ ਪਰ ਵਿੱਚ ਪਾਈ ਤਵੇ ਪਰ ਖੁਨ ਖੁ ਬਹੁਤ ਨਾਈਸ ਬਣਨਾ ਮਾਸ਼ਾਅੱਲਾ ਅਲਹਮਦੁਲਿਲਾ ਮਾਸ਼ਾਅੱਲਾ ਚਿਕਨ ਦਾ ਜਵਾਬ ਬਣਤਾ ਜੀ ਔਰ ਟੇਸਟੀ ਬਣਤਾ ਮਾਸ਼ਾਅੱਲਾ ਇਸ ਨੇ ਨਾ ਵੈਜੀਟੇਬਲ ਕਿਸ ਤਰ੍ਹਾਂ ਬਣਤਾ ਮਾਸ਼ਾਅੱਲਾ ਬਹੁਤ ਨਾਈਸ ਵੈਜੀਟੇਬਲ ਮੁਲੂ ਨਾਈਸ ਬਣਤਾ ਜ਼ਬਰਦਸਤ ਸਾਰੀਆਂ ਚੀਜ਼ਾਂ ਮਾਸ਼ਾਅੱਲਾ ਬਹੁਤ ਸੋਹਣੀਆਂ ਪੱਕੀਆਂ ਖੁਸ਼ਬੂਦਾਰ ਔਰ ਅੱਗੇ ਨਹੀਂ ਜ਼ਰਾ ਨਹੀਂ ਨਾਲ ਮਸਿਆਂ ਨਾ ਤਾਂ ਜਿਤਨੇ ਸਾਰੇ ਪਿਆਰੇ ਪੈਣਾ ਪਰ ਨਾਮ ਕੁਤਾ ਨਹੀਂ ਉਹ ਤਾਂ ਕਿਆ ਨਹੀਂ ਨਾ ਮੈਂ ਅਲਵਿਦਾ ਕਰਨੀ ਸੀ ਬੰਦ ਕਰ ਦੇ ਫਿਰ ਕਰੋ ਜੀ ਇਹ ਸਾਰੇ ਪਿਆਰੇ ਪੈਣਾ ਭਰਾ ਜਿਨ੍ਹਾਂ ਨੂੰ ਨਾਂ ਕਿਸਾਨ ਸਾਰੇ ਪਿਆਰੇ ਭਰਾ ਕਸ਼ਮੀਰ ਭਾਈ ਮਤਲੂਬ ਅਹਿਮਦ ਭਾਈ ਸਦੀਕ ਲੂਟਨ ਪਾਕਿਸਤਾਨ ਛੁਤਰੋ ਅੱਛਾ ਭਾਈ ਕਸ਼ਮੀਰ ਜੀ ਤੁਸਾਂ ਦੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਭਾਈ ਮਤਲੂਬ ਅਹਿਮਦ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਸਦੀਕ ਲੂਟਨ ਛੁਤਰੋ ਭਾਈ ਸਦੀਕ ਹੋਰ ਹੋਣੇ ਜੀ ਲੂਟਨ ਦਾ ਪਾਕਿਸਤਾਨ ਆਜ਼ਾਦ ਕਸ਼ਮੀਰ ਛੁਤਰੋ ਜੀ ਪੂਰੀ ਫੈਮਿਲੀ ਦੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਆਰ ਬੀ ਭਾਈ ਆਈ ਅਮੀਰ ਭਾਈ ਜ਼ੈਡ ਅਲੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਛਾ ਮੀ ਨਾ ਕਹਿੰਦਿਆ ਕਰੋ ਬਾਇਆ ਕਰੋ ਆਰ ਬੀ ਆਈ ਅਮੀਦ ਜੀ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜ਼ੈਡ ਅਲੀ ਜੀ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਛਾ ਮਾਰੀ ਪਿਆਰੇ ਭੈਣ ਸ਼ਮਾਇਲਾ ਅਸਨਾਨ ਮਿਸਿਸ ਕੁਰੇਸ਼ੀ ਸ਼ਹੀਨ ਅਲੀ ਸਫ ਐਕਸ ਫਰਜ਼ਾਨਾ ਬੀਬੀ ਏ ਯੂਜ਼ਰ ਆਇਸ਼ਾ ਜਹਾਂ ਮਰੀਮ ਰਾਜਾ ਨੋਰੀਨ ਬੀਬੀ ਬਹੁਤ ਬਹੁਤ ਮਿਹਰਬਾਨੀ ਮਾੜੀਆਂ ਭੈਣਾਂ ਨੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਰੇ ਪਿਆਰੇ ਭਰਾ ਉਹਨਾਂ ਨੇ ਬਰਥਡੇ ਹੀ ਹੈ ਉਹਨਾਂ ਨਾਂ ਹੈ ਫਹਮੀਦ ਫਹਮੀਦ ਇਮਤਿਆਜ਼ ਰਹਿਮਾਨ ਇੱਕ ਨਾਂ ਸਾਰੇ ਭਾਈ ਦਾ ਨਾਂ ਠੀਕ ਹੈ ਇਹ ਰਹਿਣੇ ਆਇਜ਼ਲ ਵਰਥ ਵਿੱਚ ਆਇਜ਼ਲ ਵਰਥ ਔਰ ਕੰਮ ਕਰਨੇ ਯੂ ਸਵਿਚ ਵਿੱਚ ਅੱਛਾ ਕੰਮ ਕੁਤਾ ਕਰਨੇ ਯੂ ਸਵਿਚ ਇਲੈਕਟ੍ਰਿਕ ਨਹੀਂ ਜਾਗੀ ਜਾਂ ਇੰਜੀਨੀਅਰ ਅੱਛਾ ਉੱਥਾ ਕੰਮ ਕਰਨੇ ਸਿੱਧ ਕਰਨ ਆਏ ਨੇ ਇਹਨਾਂ ਨਾ ਇਹਨਾਂ ਨੇ ਬਰਥਡੇ ਨਾ ਨਾ ਫਹਮੀਦ ਇਮਤਿਆਜ਼ ਰਹਿਮਾਨ ਨਾ ਨਾ ਉਹਨਾਂ ਨੇ ਕਿ ਨਹੀਂ ਰਿਆ ਦੁਨੀਆਂ ਨੂੰ ਅੱਛਾ ਉਹ ਦੂਸਰੇ ਪੈਨ ਪ੍ਰਾਈ ਅੱਛਾ ਇਹਨਾਂ ਨੇ ਪਹਿਲਾਂ ਇਹ ਜਿਹੜੇ ਬਰਥਡੇ ਨੇ ਇਹ ਰਹੇ ਨੇ ਆਇਜ਼ਲ ਵਰਥ ਵਿੱਚ ਅੱਛਾ ਆਇਜ਼ਲ ਵਰਥ ਵਿੱਚ ਔਰ ਕੰਮ ਕਰਨੇ ਯੂ ਸਵਿਚ ਵਾਸਤੇ ਠੀਕ ਹੈ ਜੀ ਔਰ ਬਾਕੀ ਸਰ ਪੈਨ ਪ੍ਰਾ ਜਿਹੜੇ ਨਾ ਕਿ ਨੋ ਨਾਲ ਬਸ ਜੀ ਉਹਨਾਂ ਨਾਲ ਫੈਮਿਲੀ ਨੇਮ ਉਹਨੇ ਬਰਥਡੇ ਨੇ ਵੈਸੇ ਆ ਸਰ ਪਿਆਰੇ ਪੈਨ ਪ੍ਰਾ ਹਸਾ ਸ਼ਾਊਟਰ ਕਰ ਮਾਰ ਪੂਰੀ ਫੈਮਿਲੀ ਨਾ ਉਹਨਾਂ ਨਾਲ ਨਾ ਸਾਕਿਬ ਅਮੀਰਾ ਫਾਤਿਮਾ ਇਬਰਾਹੀਮ ਔਰ ਇਹ ਰਹੇ ਨੇ ਆਈਲੈਂਡ ਵਿੱਚ ਇਹ ਰਹੇ ਜੀ ਆਈਲੈਂਡ ਥੈਂਕ ਯੂ ਮਰੀ ਮਚ ਪੂਰੀ ਫੈਮਿਲੀ ਦਾ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਭਾਈ ਸਾਕਿਬ ਅਮੀਰਾ ਫਾਤਿਮਾ ਇਬਰਾਹੀਮ ਆਈਲੈਂਡ ਜੋ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਛਾ ਬਰਥਡੇ ਕਰੋ ਭਾਈ ਹੋਣਾ ਨਹੀਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਫਹਮੀਦ ਇਮਤਿਆਜ਼ ਰਹਿਮਾਨ ਬਿਲਕੁਲ ਜੀ ਹੈਪੀ ਬਰਥਡੇ ਟੂ ਯੂ ਇਹ ਫਿਰ ਮੈਂ ਇੱਕ ਵਾਰ ਸ਼ਾਊਟ ਕਰਨੀ ਆ ਪਾਏ ਫਹਮੀਦ ਇਮਤਿਆਜ਼ ਰਹਿਮਾਨ ਨੇ ਆਇਜ਼ਲ ਵਰਕ ਵਰਕ ਕਮ ਕਰਨੇ ਯੂ ਸਵਿਚ ਵਾਸਤੇ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਕੀਤੀ ਜੀ ਅਸਾਂ ਬਰਥਡੇ ਜੀ ਜੀ ਤਾਂ ਤੁਸਾਂ ਵਾਸਤੇ ਜੀ ਅੱਜ ਬਣਾਇਆ ਸਪੈਸ਼ਲ ਅਸਾਂ ਚਿਕਨ ਚਿਕਨ ਮਾਸ਼ਾਅੱਲਾ ਤਾਂ ਜੀ ਅੱਲਾਹ ਤੁਸਾਂ ਕੀ ਖੁਸ਼ ਰੱਖਿਆ ਜੀ ਅੱਲਾਹ ਤੁਸਾਂ ਕੀ ਕਮਯਾਬੀਆਂ ਦਾ ਅੱਲਾਹ ਪਾਸੇ ਬਹੁਤ ਸਾਰੀ ਕਮਯਾਬੀਆਂ ਦਾ ਮਿਕਿਤ ਬੋਲਨੀ ਨਹੀਂ ਲੱਗਦੇ ਜੀ ਯਕੀਨ ਕਰੋ ਇਸ ਕੀ ਮੈਂ ਕਿਤੇ ਨਹੀਂ ਮਾਰੀ ਪਾਈ ਜਾਂ ਤੂੰ ਪਹਿਲੇ ਬੋਲਿਆ ਕਰ ਜਾਂ ਨਹੀਂ ਬੋਲਦੇ ਆ ਸਰੀ ਬੋਲੋ ਹੈ ਜੀ ਅੱਲਾ
ਹੁਣ ਮੈਂ ਚੁੱਪ ਕਰੀ ਬੈਠੀ ਰਸਾਂ ਤਾਂ ਨੇ ਤੁਸੀਂ ਕਿਰ ਬੋਲੋ ਨਾ ਤੇ ਜੇ ਮੈਂ ਬੋਲੀ ਤਾਂ ਨੇ ਤੂੰ ਬੋਲਣੀ ਹੈ ਇੱਕ ਬੰਦੇ ਕੀ ਬੋਲਣਾ ਚਾਹੀਦਾ ਹੈ ਚਲੋ ਬੋਲੋ ਰਸਾਂ ਜਰਾ ਕੱਟੀ ਸਟੋ ਜਹਾਜ਼ ਤੇ ਬਸ ਇਹ ਬਾਣੇ ਸੀ ਜੀ ਅੱਲਾ ਪਾਕ ਸਾਰਿਆਂ ਭੈਣਾਂ ਭਰਾਵਾਂ ਕੀ ਖੁਸ਼ ਰੱਖੇ ਅੱਲਾ ਪਾਕ ਤੁਸੋਂ ਕੀ ਆਬਾਦ ਰੱਖੇ ਆਮੀਨ ਅੱਲਾ ਪਾਕ ਤੁਸੋਂ ਕੀ ਹਰ ਬਿਮਾਰੀ ਸੋਂ ਹਰ ਦੁੱਖ ਸੋਂ ਹਰ ਪਰੇਸ਼ਾਨੀ ਸੋਂ ਪਰੇਸ਼ਾਨਗੀ ਸੋਂ ਮਹਿਫੂਜ਼ ਰੱਖੇ ਆਮੀਨ ਜਿਸ ਕੰਟਰੀ 'ਚ ਤੁਸੀਂ ਭੈਣਾਂ ਭਰਾ ਚਾਹੇ ਪਾਕਿਸਤਾਨ 'ਚ ਹੋ ਚਾਹੇ UK 'ਚ ਹੋ ਚਾਹੇ ਹੋਰ ਕਿਸੇ ਕੰਟਰੀ 'ਚ ਹੋ ਜਿਹੜੀ ਤੁਸੀਂ ਸਾਡੀ ਸਪੋਰਟ ਕਰਨੇ ਹੋ ਤੇ ਕੀਮਤੀ ਟਾਈਮ ਕੱਢੀ ਤੇ ਤੁਸੀਂ ਸਾਡੀਆਂ ਵੀਡੀਓ ਤੱਕਣੇ ਹੋ ਲਾਈਕ ਕਰਨੇ ਹੋ ਸ਼ੇਅਰ ਵੀ ਕਰਨੇ ਹੋ ਔਰ ਸਰ ਪਿਆਰੇ ਬੇਟੇ ਸੁਭਾਨ ਖਾਨ ਆਨੇ ਸੇ ਮਸਤ ਦੁਆ ਕਰੇ ਮੈਂ GCSE ਐਗਜ਼ਾਮ ਹੈ ਬਿਲਕੁਲ ਜੀ ਅਸਾਂ ਜ਼ਰੂਰ ਪਿਆਰੇ ਸੁਭਾਨ ਬੇਟੇ ਵਾਸਤੇ ਦੁਆ ਕੀਤੀ ਜੀ ਅੱਲਾ ਪਾਕ ਤੋਂ ਦੀ ਕਾਮਯਾਬੀ ਮਿਲੇ ਜੀ ਸਰ ਸੁਭਾਨ ਖਾਨ ਬੇਟੇ ਨੇ ਹੁਡਸ ਫੇਰ ਅੱਲਾ ਪਾਕ ਨੇ ਕਿ ਕਾਮਯਾਬ ਕਰੇ ਨੇ GCSE ਐਗਜ਼ਾਮ ਹੈ ਜੀ ਹਾਂ ਬਿਲਕੁਲ ਜੀ ਤੇ ਅੱਜ ਦੀ ਵੀਡੀਓ ਇਤਨੀ ਹੈ ਅੱਜ ਨੀ ਵੀਡੀਓ ਇਤਨੀ ਹੈ ਜੀ ਅਸਾਂ ਹੁਣ ਇਜਾਜ਼ਤ ਕਿਨ ਸਾ ਭੈਣਾ ਭਰਾ ਕੋ ਸਾਰੇ ਪਿਆਰੇ ਪੈਨਾ ਭਰਾ ਬਜ਼ੁਰਗ ਬੱਚੇ ਅੱਲਾ ਪਾਸੇ ਖੁਸ਼ ਰੱਖੇ ਅੱਲਾ ਪਾਸੇ ਕੀ ਆਬਾਦ ਰੱਖੇ ਅੱਲਾ ਜੀ ਤੁਸਨ ਹਰ ਚੀਜ਼ਾਂ ਨੇ ਆਸਾਨੀਆਂ ਹੋਣ ਤੇ ਅੱਲਾ ਜੀ ਤੁਸਨ ਸਾਰੀਆਂ ਦੁੱਖ ਤੇ ਪਰੇਸ਼ਾਨੀਆਂ ਸਾਰੇ ਬੜੇ ਪਿਆਰੇ ਭਾਈ ਹੋਣੇ ਜੀ ਨਿਮਾਨ ਦਾ ਬਾਜ਼ਾਰ ਵਿੱਚ BD1 ਵਿੱਚ ਕੱਪੜਿਆਂ ਦੀ ਸ਼ਾਪ ਹੈ ਉਹਨੇ ਮੁਬਾਰਕ ਤੁਸਾਂ ਕੀ ਬਹੁਤ ਬਹੁਤ ਮੁਬਾਰਕ ਜੀ ਉਮਰਾ ਮੁਬਾਰਕ ਉਮਰਾ ਕੀਤਾ ਨੇ ਉਮਰਾ ਕੀਤਾ ਨੇ ਯਾਜ ਕੀਤਾ ਨੇ ਤੁਸਾਂ ਕੀ ਬਹੁਤ ਬਹੁਤ ਮੁਬਾਰਕ ਤਾਂ ਸਾਡੇ ਬੜੇ ਪਿਆਰੇ ਭਾਈ ਇਬਰਾਰ ਔਰ ਕੰਮ ਕਰਨੇ ਉਹਨਾਂ ਕੀ ਵੀ ਸਾਡੀ ਤਰਫੋਂ ਬਹੁਤ ਬਹੁਤ ਸਲਾਮ ਅਲੈਕਮ ਜੀ ਸਾਡੇ ਬੜੇ ਪਿਆਰੇ ਭਾਈ ਅਰੁਣ ਔਰੇ ਉਹਨਾਂ ਕੀ ਵੀ ਸਾਡੀ ਤਰਫੋਂ ਬਹੁਤ ਬਹੁਤ ਸਲਾਮ ਅਲੈਕਮ ਪੂਰੀ ਫੈਮਿਲੀ ਕੀ ਜੀ ਸਾਰੇ ਬਾਜੀ ਸਾਡੀ ਬਾਜੀ ਕਿਚਨ ਬਾਜੀ ਜੀ ਚੌਧਰੀ ਫੈਸ਼ਨ ਉਹਨਾਂ ਕੀ ਵੀ ਬਹੁਤ ਬਹੁਤ ਸਲਾਮ ਅਲੈਕਮ ਜੀ ਸਾਡੀ ਤਰਫੋਂ ਪੂਰੀ ਫੈਮਿਲੀ ਕੀ ਹੈ ਜੀ ਜਿਤਨੇ ਦਾ ਬਾਜ਼ਾਰ ਚ ਪੈਣਾ ਪਰ ਸਾਰਿਆਂ ਕੀ ਬਹੁਤ ਸਲਾਮ ਭਾਈ ਬਰਾਦ ਜੀ ਆਲੂ ਟਿੱਕੀਆਂ ਦਾ ਕੋਈ ਨਹੀਂ ਬਣਾਈਆਂ ਲੇਕਿਨ ਤੁਸਾਂ ਵਾਸਤੇ ਟਿੱਕੇ ਜ਼ਰੂਰ ਅਸਾਂ ਬਣਾਏ ਇਹ ਭਾਈ ਬਰਾਦ ਉਸ ਤੇ ਟਿੱਕੇ ਅੱਜ ਬਣਾਏ ਹਾਂ ਬਿਲਕੁਲ ਜੀ ਜੀ ਤੇ ਅੱਜ ਦੀ ਵੀਡੀਓ ਇਤਨੀ ਹੈ ਅਸਾਂ ਕੀ ਦਿਓਣ ਇਜਾਜ਼ਤ ਤੁਸਾਂ ਇਹ ਜੇ ਖਾਣੇ ਜ਼ਰੂਰ ਬਣਾਇਆ ਕਰੋ ਤਾਂ ਬੱਚਿਆਂ ਕੀ ਖਵਾਲਿਆ ਕਰੋ ਤਾਂ ਇੰਜੋਏ ਕਰਿਆ ਕਰੋ ਇੰਜੋਏ ਕਰੋ ਜ਼ਿੰਦਗੀ ਨਾ ਕੋਈ ਪਤਾ ਨਹੀਂ ਨਾ ਅੱਜ ਸਾਥ ਯਾਦ ਕਰ ਸਾ ਕੋ ਨਹੀਂ ਬਿਲਕੁਲ ਇਹ ਜਿਹੜੇ ਅੱਗੇ ਪਿੱਛੇ ਨੇ ਪ੍ਰੈਸ਼ਰ ਹੈ ਸ਼ਾਦੀਆਂ ਸ਼ੂਦੀਆਂ ਨੇ ਏ ਉਹ ਫਲਾਣਾ ਅਮੀਰ ਹੋਈ ਗਿਆ ਮੈਂ ਗਰੀਬ ਰਹਿ ਗਈ ਕਿਨਾਰਾ ਕਰੋ ਦਿਮਾਗ ਹੀ ਫਰੈਸ਼ ਫਲਾਣੇ ਕੋ ਬੜੀਆਂ ਗੱਡੀਆਂ ਹੀ ਫਲਾਣੇ ਕੋ ਮਾਰਕੋ ਜੀ ਨਹੀਂ ਇਹ ਸਾਰੀ ਗੱਲਾਂ ਕਰੀ ਸਟੋ ਦੋ ਜਿਹੜੀ ਦੋ ਵਕਤ ਦੀ ਰੋਟੀ ਅੱਲਾ ਪਾਕ ਸਕ ਦੇਣਾ ਨਾ ਉਹ ਵੀ ਸ਼ੁਕਰ ਅਲਹਮਦੁਲਿਲਾ ਕਰੀ ਤੱਕ ਹੋ ਬਿਲਕੁਲ ਬਿਲਕੁਲ ਤੱਕੋ ਜਿਹੜਾ ਅਸਾਂ ਜ਼ਿੰਦਗੀ ਨੇ ਵਕਤ ਗੁਜ਼ਾਰਿਆ 15 ਸਾਲ ਪਹਿਲੇ ਬਿਮਾਰੀ ਵਿੱਚ ਬੇਸਕੂਨੀ ਵਿੱਚ ਪਰੇਸ਼ਾਨਗੀ ਵਿੱਚ ਗੁਜ਼ਾਰਿਆ ਅੱਜ ਤੁਹਾਨੂੰ ਸਾਹਮਣੇ ਤੁਸਾਂ ਭੈਣਾਂ ਭਰਾਵਾਂ ਦੀ ਦਵਾਈ ਨਾਲ ਇਹ ਸ਼ਹਿਜ਼ਾਦ ਬੈਠਾ ਵਾ ਖੁਸ਼ ਖੁਸ਼ ਨਹੀਂ ਸਿਰ ਤੁਸਾਂ ਭੈਣਾਂ ਭਰਾ ਨਾਲ ਪਿਆਰ ਨਾਲ ਸਪੋਰਟ ਨਾਲ ਬਿਲਕੁਲ ਜੀ ਤੇ ਅੱਲਾ ਸੇ ਖੁਸ਼ ਰੱਖੇ ਅੱਲਾ ਪਾਕ ਆਬਾਦ ਰੱਖੇ ਤੇ ਪਿਆਰੇ ਭੈਣਾਂ ਭਰਾ ਹਮੇਸ਼ਾ ਜ਼ਿੰਦਾਬਾਦ ਰਹਿਣ ਬਿਲਕੁਲ ਪਾਕਿਸਤਾਨ ਜ਼ਿੰਦਾਬਾਦ ਪਿਆਰਾ ਕਸ਼ਮੀਰ ਜ਼ਿੰਦਾਬਾਦ ਪਿਆਰਾ ਕਸ਼ਮੀਰ ਜ਼ਿੰਦਾਬਾਦ ਪਿਆਰੇ ਭੈਣਾਂ ਭਰਾ ਪਿਆਰੇ ਬੱਚੇ ਜ਼ਿੰਦਾਬਾਦ ਅੱਲਾ ਹਾਫਿਜ਼